ਸਾਂ ਲਾਵੇਗਾ ਉਹ ਭਟਕੀ ਹੋਈ ਇਸ ਨਵੀਂ ਪੀੜ੍ਹੀ ਨੂੰ ਕਿਹੜਾ ਆਣ ਜਾਵੇਗਾ ਉਹ ਦਸਮ ਪਾਤਸ਼ਾਹ ਬਖਸ਼ਿਆ ਸਿੰਘ ਦਾ ਖਿਤਾਬ ਸਾਨੂੰ ਉਹ ਸਿੰਘਾਂ ਦੀ ਕਿੱਲੀ ਲਾਈ ਜਾਂਦੇ ਉਹ ਨਾਵਾਂ ਨਾਲ ਤਾਂ ਸਾਰੇ ਹੀ ਸਿੰਘ ਲਾਉਂਦੇ ਉਹ ਐਮਰ ਸਿਰਾਂ ਤੋਂ ਕੇਸ ਲਾਈ ਜਾਂਦੇ ਉਹ ਮਾਰਨ ਤਾੜੀਆਂ ਉਹ ਤਲੀ ਤੇ ਪਾ ਜਰਦਾ ਉਹ ਦਾਰੂ ਠੇਕੇ ਦੀ ਅੰਦਰ ਉਹ ਮਾਰਨ ਤਾੜੀਆਂ ਤਲੀ ਤੇ ਪਾ ਜਰਦਾ ਉਹ ਦਾਰੂ ਠੇਕੇ ਦੀ ਅੰਦਰ ਖਪਾਈ ਜਾਂਦੇ ਉਹ ਪਾ ਕੇ ਪਾਊਡਰ ਚਪੇੜਾ ਫਿਰ ਮਾਰੇ ਨਾਈ ਇਹ ਕੁਰਸੀ ਤੇ ਬੈਠ ਕੇ ਆਈ ਜਾਂਦੇ ਉਹਨੇ ਸੋਨਿਆਲ ਸਾਡੇ ਪੰਜਾਬ ਨੂੰ ਤੰਦਰੁਸਤ ਦੇਖਣਾ ਚਾਹੁੰਦੇ ਆ ਸਾਡੇ ਬੱਚਿਆਂ ਨੂੰ ਤੰਦਰੁਸਤ ਦੇਖਣਾ ਚਾਹੁੰਦੇ ਆ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਅਵੇਅਰ ਕਰਨਾ ਚਾਹੁੰਦੇ ਆ ਕਿ ਨਸ਼ੇ ਇਹੋ ਜਿਹੀ ਬੁਰਾਈ ਹੈ ਜਿਹੜਾ ਵੀ ਇਸ ਬੁਰਾਈ ਦੇ ਨਾਲ ਜੁੜ ਗਿਆ ਉਹ ਸਿਹਤ ਪੱਖੋਂ ਆਰਥਿਕ ਪੱਖੋਂ ਜੀਵਨ ਪੱਖੋਂ ਉਹ ਸਾਰਾ ਕੁਛ ਗਵਾ ਲੈਂਦਾ ਸੋ ਬਹੁਤ ਵੱਡੀ ਲੋੜ ਆ ਭਾਵੇਂ ਬਹੁਤ ਯਤਨ ਹੋ ਰਹੇ ਆ ਫਿਰ ਵੀ ਨਸ਼ਿਆਂ ਦੀ ਮਾਰ ਜਿਹੜੀ ਹੈ ਜਿਹੜੇ ਬੱਚੇ ਕੁਸੰਗਤ ਵਿੱਚ ਬਹਿ ਜਾਂਦੇ ਆ ਉਹਨਾਂ ਦੇ ਨਾਲ ਬੁਰਾ ਪ੍ਰਭਾਵ ਸਮੈਕ ਵਰਗੀ ਨਸ਼ਿਆਂ ਦੇ ਨਾਲ ਹਜ਼ਾਰਾਂ ਲੋਕ ਹਜ਼ਾਰਾਂ ਬੱਚੇ ਜਿਹੜੇ ਆ ਉਹ ਘਰ ਪਰਿਵਾਰ ਜਿਹੜੇ ਆ ਉਹ ਉੱਜੜ ਰਹੇ ਆ ਸੋ ਜੇਕਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਣਾ ਉਹਦਾ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦਿਸ਼ਾ ਦੇਈਏ ਜੇਕਰ ਬੱਚੇ ਖੇਡਾਂ ਵੱਲ ਲੱਗ ਜਾਣ ਬੱਚਿਆਂ ਦਾ ਨਿਸ਼ਾਨਾ ਜਿਹੜਾ ਟਾਰਗੇਟ ਆ ਉਹ ਫਿਕਸ ਹੋ ਜਾਏ
जीवन दे विच कुछ बनना। गुर मेरी पूजा गुर गोबिंद, गुर मेरी पूजा गुर गोबिंद, गुर मेरा पार ब्रह्म गुर भगवंत, गुर मेरा पार ब्रह्म गुर भगवंत, गुर मेरी पूजा ਪ੍ਰਭ ਦੀ ਯਾਦ ਦਿਖਾ।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁਡੇ ਵੀ ਆਰ ਐਟ ਦੀ ਦਾਨ ਕੈਂਪ ਇਨ ਦੀ ਪਿੰਡ ਭੰਡਾਲ ਬੇਟ ਐਂਡ ਵੀ ਆਰ ਡੇ 3 ਆਫ ਦੀ ਦਾਨ ਕੈਂਪ ਐਂਡ ਟੁਡੇ ਵੀ ਆਰ ਇਨ ਅ ਫਸਟ ਏਡ ਕਲਾਸ ਹੇਅਰ ਐਂਡ ਵਾਟ ਵੀ ਟ੍ਰਾਈ ਐਂਡ ਡੂ ਇਨ ਦੀ ਕੈਂਪ ਇਜ਼ ਹੈਵ ਲੋਟਸ ਆਫ ਵਰਕਸ਼ਾਪਸ ਸੋ ਚਿਲਡਰਨ ਈਵਨ ਯੰਗ ਚਿਲਡਰਨ they can learn about drugs, they can learn about what the dangers are, what the problem is in Punjab today, and why they should stay away from it as they get older. We try to get children when they're early, when they're young, because once they're in their teenage years, a lot of children, unfortunately, in Punjab are already addicted to drugs. So it's very difficult to get them off them. So prevention is better than cure, and that's what we try and do with the DAAN charity. The Drug and Alcohol Awareness Network. So I just want to show you some of the classroom here. So we've got some children here who are in the small class. My name is Nirvel. I'm from the Sarkari Elementary School. I was here in the school. I was very good in the school. I was room number 5. I was very good in the school. ਮੇਰਾ ਪਿੰਡ ਬੰਨੇ ਮੈਂ ਬੰਨੇ ਵੱਲ ਤੋਂ ਆਇਆ ਹਾਂ ਮੇਰਾ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਜਾਤੀ ਕੇ ਕਪੂਰਥਲਾ ਹੈ ਤਾਂ ਰੂਮ 5 ਦੇ ਵਿੱਚ ਕੀ ਦਿਖਾ ਰਿਹਾ ਸੀ ਤੁਹਾਨੂੰ ਮੈਨੂੰ ਵੀਡੀਓ ਦਿਖਾਈ ਸੀ ਅਤੇ ਨਸ਼ਿਆਂ ਬਾਰੇ ਸਮਝਾਇਆ ਸੀ ਤਾਂ ਵੀਡੀਓ ਵਿੱਚ ਕੀ ਸੀਗਾ ਕੀ ਦਿਖਾ ਰਿਹਾ ਸੀ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਸੀ ਕਿ ਨਸ਼ਿਆਂ ਬਾਰੇ ਕੋਈ ਗੱਲ ਨਾ ਕਰੋ ਨਸ਼ਿਆਂ ਨੂੰ ਦੂਰ ਆਪਣੇ ਕੋਲੋਂ ਦੂਰ ਰੱਖੋ ਨਸ਼ੇ ਸਾਨੂੰ ਕਦੀ ਨਹੀਂ ਕਰਨੇ ਸੋ ਐਜ਼ ਯੂ ਕੈਨ ਸੀ ਦੈਟ ਵੀ ਡੂ ਅ ਲੋਟ ਆਫ ਕਲਾਸਿਸ ਹੇਅਰ ਵੀ ਡੂ ਵਰਕਸ਼ਾਪਸ ਵੀ ਡੂ ਮੈਡੀਕਲ ਚੈੱਕਅਪਸ ਫੋਰ ਦ ਚਿਲਡਰਨ ਵੀ ਹੈਵ ਆਈ ਟੈਸਟਸ ਐਂਡ ਡੈਂਟਲ ਚੈੱਕਸ ਐਂਡ ਐਚ ਬੀ ਚੈੱਕਸ ਐਜ਼ ਵੈਲ ਫੋਰ ਆਲ ਦ ਚਿਲਡਰਨ ਵੀ ਆਲਸੋ ਡੂ ਸਪੋਰਟਸ ਸੈਸ਼ਨਸ ਫਸਟ ਏਡ ਕਲਾਸਿਸ ਐਂਡ ਯੂ ਕੈਨ ਸੀ ਦੀ ਇਕੁਇਪਮੈਂਟ ਬਿਹਾਈਂਡ ਮੀ ਸੋ ਵੀ ਟ੍ਰਾਈ ਐਂਡ ਟੀਚ ਦਮ ਬੇਸਿਕ ਫਸਟ ਏਡ and a little bit about the human body as well and what's healthy and what's not and the other things that we do are discussion groups so the children get a chance to tell us if they've got any problems at home with drugs and with alcohol and generally the children find it very enjoyable we donate to the school as well we donate printers projectors and laptops and we try to give all the children a prize so they have t-shirts and notebooks and pens and gifts as well so they benefit from the camp every day at the end of the 3 days hopefully they will continue to work with us and we'll continue to follow the school up as well sarkari high school Bhandal Bet jila kapurthala vikhe kal ton daan charity walon eh program jehda karwaya ja reha daan drug ਐਂਡ ਅਲਕੋਹਲ ਅਵੇਅਰਨੈਸ ਨੈਟਵਰਕ ਪ੍ਰੋਗਰਾਮ ਹੈ ਇੰਗਲੈਂਡ ਤੋਂ ਸੰਸਥਾ ਹੈ ਇਸ ਸੰਸਥਾ ਵੱਲੋਂ ਜਿਹੜਾ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਿਹੜੀ ਆ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਬੱਚੇ ਜਿਹੜੇ ਆ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਬਚ ਸਕਣ ਬੱਚਿਆਂ ਨੂੰ ਜਿਹੜਾ ਅਟਰੈਕਟ ਕਰਨ ਲਈ ਉਹਨਾਂ ਲਈ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਗਿਆ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਕੰਪਿਊਟਰ 'ਤੇ ਜਿਹੜਾ ਬੱਚਿਆਂ ਨੂੰ ਜਿਹੜਾ ਉਹ ਵੱਡਾ ਸਕਰੀਨ ਕਰਕੇ ਜਿਹੜਾ ਦਿਖਾਇਆ ਗਿਆ ਨਸ਼ਿਆਂ ਦੇ ਪ੍ਰਭਾਵ ਦੇ ਵਿੱਚ ਜਿਹੜੇ ਬੱਚੇ ਆ ਉਹ ਦੇਖ ਸਕਦੇ ਆ ਕਿ ਕਿੱਦਾਂ ਸਮਾਜ ਜਿਹੜਾ ਸਾਡਾ ਤਬਾਹ ਹੋ ਰਿਹਾ ਨਸ਼ਿਆਂ ਦਾ ਇੱਕ ਨਸ਼ਾ ਕਰਨ ਵਾਲੇ 'ਤੇ ਕੀ ਪ੍ਰਭਾਵ ਪੈਂਦਾ ਉਹਦੇ ਨਾਲ ਜਿਹੜਾ ਉਹਦਾ ਪਰਿਵਾਰ ਹੈ ਉਹ 'ਤੇ ਕੀ ਪ੍ਰਭਾਵ ਪੈਂਦਾ ਜਿਹੜਾ ਸਮਾਜ ਹੈ ਉਹ 'ਤੇ ਨਸ਼ਿਆਂ ਦਾ ਕੀ ਪ੍ਰਭਾਵ ਪੈਂਦਾ ਉਹਨੂੰ ਜਿਹੜਾ ਬੱਚਿਆਂ ਨੂੰ ਸਮਝਾਉਣ ਲਈ ਜਿਹੜਾ ਇਹ ਸਾਰਾ ਪ੍ਰੋਗਰਾਮ ਲੈ ਕੇ ਆ ਗਿਆ 3 ਦਿਨ ਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਮੈਡੀਕਲ ਸਹੂਲਤਾਂ ਜਿਹੜੀਆਂ ਉਹ ਵੀ 3 ਦਿਨ ਤੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਖੇਡਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਤਾਂ ਕਿ ਜਿਹੜਾ ਬੱਚੇ ਹੈ ਉਹ ਨਸ਼ਿਆਂ ਤੋਂ ਹਟ ਕੇ ਖੇਡਾਂ ਵਾਲੇ ਪਾਸੇ ਜਾ ਕੇ ਜਿਹੜਾ ਸਮਾਜ ਨੂੰ ਜਿਹੜਾ ਇੱਕ ਵਧੀਆ ਸੇਧ ਦੇਣ ਲਈ ਜਿਹੜਾ ਪ੍ਰੋਗਰਾਮ ਲਿਖਿਆ ਉਹ ਪ੍ਰੋਗਰਾਮ ਜਿਹੜਾ ਸਾਨੂੰ ਵਧੀਆ ਪਸੰਦ ਆਇਆ ਮੈਂ ਪਿਛਲੇ 3 ਪ੍ਰੋਗਰਾਮਾਂ ਤੋਂ ਜਿਹੜਾ ਲਗਾਤਾਰ ਇਹ ਪ੍ਰੋਗਰਾਮ ਜਿਹੜਾ ਦੇਖਣ ਦਾ ਮੈਨੂੰ ਮੌਕਾ ਮਿਲਿਆ ਅਤੇ ਮੈਂ ਸਪੈਸ਼ਲ ਜਿਹੜਾ ਛੁੱਟੀ ਕਰਕੇ 3 ਦਿਨ ਦੀ ਜਿਹੜਾ ਇਹ ਪ੍ਰੋਗਰਾਮ ਲਈ ਜਿਹੜਾ ਆ ਦੇਖਣ ਆਇਆ ਹੈਗਾ ਅਤੇ ਇੱਥੇ ਜਿਹੜਾ ਹੈ ਬੱਚਿਆਂ ਦੀ ਜਿਹੜੀ ਕਲਾਸ ਹੈ ਇਸ ਵੇਲੇ ਲਗਾਈ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਬੱਚਿਆਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਕਿ ਕਿੱਦਾਂ ਜਿਹੜਾ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਉਹਦੇ ਲਈ ਜਿਹੜਾ ਬੱਚਿਆਂ ਨੂੰ ਜਿਹੜਾ ਵੱਖ ਵੱਖ ਉਦਾਹਰਣਾਂ ਦੇ ਕੇ ਜਿਹੜਾ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਕੋਲ ਜਿਹੜਾ ਇਸ ਵੇਲੇ ਬੱਚੇ ਬੈਠੇ ਆ ਆਪਾਂ ਇਹਨਾਂ ਨਾਲ ਕੁਛ ਗੱਲ ਕਰਾਂਗੇ ਕਿ ਬੱਚੇ ਦੱਸਣਗੇ
कि इन्होंने जिहड़ा आ अज दे प्रोग्राम तो की सीखिया। हाँ भी बेटी, अज दे प्रोग्राम तो असी नशे तो सुचेत होने बारे सीखा है, असी नशे तो बचना है ते अपने मापे नू समझाना है कि नशे छड्डो। इस प्रोग्राम तो सानू सिख्या मिलती है कि जिथे कित भी नशा हो रहा होवे सानू ओ रोकना चाहिदा है अते सानू भी नशा वाल नहीं जाना चाहिदा, जिवें कि चिट्टा इस नाल कई मौतां हुंदियां हन। जदों शराब पी के कोई गड्डी चलाउंदा है तां ओ कोई नहीं फैसला नहीं लै सकदा, इस नाल उस दा एक्सीडेंट हो के मौत हो सकती है। हाँ भाई, आपां देखिया कि बच्चों के काफ़ी चाह ते उत्साह है, बच्चे बड़े जिहड़ा दिलचस्पी नाल जिहड़ा प्रोग्राम नूं देख भी रहे हैं, सुन भी रहे हैं, बच्चों नूं जिहड़ा ऑडियो विजुअल एड राही जिहड़ा आ वो जानकारी देने की पूरी कोशिश की गई है। असी दान चैरिटी का तहे दिलों धन्यवाद करते हैं जिन्होंने इन्ना वधिया प्रोग्राम मलीव किए, जिहड़ा आ साडे समाज नूं जिहड़ा आ निरोआ बनाउण लई जिहड़ा यतन किया। असी उस यतन दे विच उन्हां दा पूरा सहयोग करते हैं। दान ड्रग एंड अलकोहल अवेयरनैस नैटवर्क प्रोग्राम जिहड़ा चलाया जा रहा यह इंग्लैंड की धरती तो शुरू होया, उन्होंने अपनी जिहड़ी जन्म भूमि है पंजाब उन्हूं जिहड़ा इस काम नूं करन लई पहल दित्ती है ते असी बड़े खुश हैं कि साडे पंजाब नूं छड्ड के इंग्लैंड दे विच रहण दे बावजूद भी उन्हूं नूं अपनी मिट्टी दे नाल इन्ना मोह आ कि वह पंजाब के जिहड़े नरोए समाज की सिरजना लई इन्ना बड़ा जिहड़ा उपराला कर रहा है। लोगों को पैसे बड़े ने पर समाज भलाई लई जदों कोई खर्च करन दी गल आउंदी है तां चैरिटी जिहड़ी आ उन्हूं चेते किया जाता है। मैं पहले प्रोग्राम तो जिहड़ा दसना चाहुंदा कि पहले प्रोग्राम के विच भी जिहड़ा एक्सीडेंट वाले बच्चे जिहड़े सीगे ओह जिहड़े सी उन्हां बारे जिहड़ा है उन्हां दी भी मदद की है चैरिटी ने, गरीब ते लोड़वंद बच्चे जिहड़े आ उन्हां दी भी चैरिटी ने मदद की है, जिहड़े पहले हुशियार बच्चे आउंदे आ कुड़ियां ते मुंडे उन्हां नूं साइकलां देण दा जिहड़ा प्रबंध है वह भी चैरिटी वल्लों किया गया हैगा। जिहड़ा अंगहीणां नूं उन्हूं कोई ना कोई नुकसान हुंदा ही हुंदा, उहदे जिहड़ा उहदा शरीर वा वह आम इंसान दे शरीर नालों काम घट करदा, थोड़ी देर काम तो करदा वा, क्यों करदा थोड़ी देर काम, क्योंकि उहनूं उस नशे की आदत पई हुंदी आ, वह नशा उहदे विच बोलदा हुंदा। टॉपिक देखो भाजी अगे, नशियां तो बहुत दूर हो जाने, साडा ध्यान नशियां विच नहीं लगता, तो जे असीं खेडांगे अपनी कोई भी गेम खेडो, एक गेम खेडो उते पूरी मेहनत करो, मेहनत करने नाल की होगा तुसी नशियां तो बहुत दूर होवोगे, तुहाडा जिहड़ा ध्यान वा तुहाडा ध्यान आपदी गेम वल रहेगा, आपदी खेड वल रहेगा, उहदे नाल तुसी देश दी तरक्की विच भी हिस्सा पाओगे, अपनी सेहत नूं भी वधिया रखोगे, नशियां वल्लों तुहाडा ध्यान फिर भी हटूगा। नैक्सट देखियो, खेडां दी महत्ता, खेडां खेडण नाल मनुख विच आत्म विश्वास, अनुशासन, जीवन दा टीचा, तंदुरुस्ती आदि गुणां दा विकास हुंदा है। हां, तुहाडे जीवन दा टीचा की हैगा वा, की बनना तुसी, टीचा की हैगा वा उहनूं तुसीं पूरा कर सकदे आ। जे कोई चाहुंदा मैं कोई क्रिकेटर बना, जे उह हुण तों मेहनत करूगा, मेहनत करके एक वधिया क्रिकेटर बन सकदा, उहदे नाल की हैगा वा उह नशियां तों भी दूर रहूगा, नशे की वरतों नहीं करूगा, उह अपने शरीर नूं पूरा रिस्ट पुष्ट रखूगा ते वधिया गेम दा प्रदर्शन करूगा। नैक्सट देखो, आपसी विचार, इस नाल जरूरतमंद लोकां नूं चंगी सलाह मिलदी है। आपसी विचार किद्दां हुंदा पता सारिआं नूं कि नहीं? हाँ, जिदा असी आए हैं असी तुहाडे नाल, साडे विचार तुहानूं मिले आ, हाँ साडे विचार सानूं मिले आ, असी तुहाडे कोल कुछ सिखिया वा, तुसी साडे कोलों कुछ सिखिया वा, असी इस दान संस्था दे नाल जुड़ के तुहाडे नाल जुड़न आए आ, तुहाडे विचार असी लै रहे आ, असी तुहानूं कुछ दस रहे आ। कहिंदी सारा कुछ मिल जूगा, सिर्फ मेरे बच्चे नूं पापा दा प्यार नहीं मिलना। कोई तुहाडे जो चाहुंदा वी तुहाडे पापा नूं कुछ हो जावे? समझाउंदे होने फिर, समझाउण दा तरीका वी तुहानूं दस्सिया होया ਕਿੱਦਾਂ ਸਮਝਾਉਣਾ। ਬੱਚੋ ਦੇਖੋ, ਤੁਹਾਡੇ ਵਿੱਚ ਸੀਨੀਅਰ ਕਲਾਸ ਵਾਲੇ ਵੀ ਹੈਗੇ ਆ, ਹੁਣ ਜੇ ਤੁਸੀਂ ਕੱਲ੍ਹ ਨੂੰ ਕਾਲਜ ਲਾਈਫ ਦੇ ਵਿੱਚ ਵੀ ਜਾਂਦੇ ਆ ਨਾ, ਜਦੋਂ 16-17-18 ਸਾਲ ਦੀ ਏਜ ਆਉਂਦੀ ਆ, ਉੱਥੇ ਜਾ ਕੇ ਇੱਕ ਫਰੈਂਡ ਸਰਕਲ ਬਣ ਜਾਂਦਾ ਆਪਣਾ, ਇੱਕ ਗਰੁੱਪ ਬਣ ਜਾਂਦੇ ਆਪਣੇ, ਯਾਰਾਂ ਦੋਸਤਾਂ ਦੇ ਗਰੁੱਪ ਬਣ ਜਾਂਦੇ ਉੱਥੇ ਆਪਣੇ,
उस ग्रुप दे विच नॉर्मली एक दो दोस्त होंदे आ जो ड्रिंक करदे होंदे आ, मतलब दारू पींदे होंदे आ, किते इकट्ठे हो गए किसी बर्थडे पार्टी सी, किते इकट्ठे हो गए किसी प्रोग्राम ते, किसी मैरिज ते, किसी सिस्टर दी मैरिज ते इकट्ठे हो गए, उसे कहणगे यार बैठो आ जाओ, बैठ गए सारे, लाड़ा यार कोई गल नहीं तैनूं कहड़ा कोई देखदा इत्थे, ओह लाड़ा लाड़ा कोई गल नहीं। उस टाइम ते तुसीं अपने दिमाग तों कम लैणा, जे उस टाइम तुसीं अपने उस यार दोस्त दी गल च आ गए फिर तुसीं गए, फिर तुसीं उस दिन यह डिसाइड कर लो मैं आपकी जिंदगी अपने हाथी खत्म करनी शुरू करती, बस आ हुण मेरे तो 7 साल आ 10 साल आ, इन्ना सोच लियो मेरे तो 10 साल आ, 10 साल की लिमिट है, उस तो बाद मेरे तो टाइम है नहीं जी, मैं अज नशे शुरू करते, क्योंकि फ्रेंड सर्कल यहोजा होंगे आप यार छड नहीं सकते, यार से ओ यार तेनों सौ लगे यारी की सौह सूह बहुत होंगे, यार बहुत होंगे आ यार दोस्त, ना भी वो नाल तुर पो, उन्होंने समझाओ कि नहीं यार तू कि पास तुर पिया, तू होर कुछ मंगा, ये साढ़े काम नहीं, जे तू उस दिन वो गल चाह के वो ड्रिंक चक ली, एक गिलासी भी चक ली ना तुसी, बस उस दिन तुसी ये फैसला कर लिया मैं आपकी जिंदगी अपने हाथी खत्म करनी है, किसी के कहते नहीं। होर कोई क्वेश्चन किसी बच्चे ने कुछ पूछना हो, कुछ दसना हो, खड़ा हो के पुछ दस सकता किसी भी तरह का कोई भी क्वेश्चन है किसी मन च। देखो बेटा आप इस वीडियो में देखा शराब जिहड़ा नशा है ना, ये बहुत ज़्यादा मात्रा में विकदा, बहुत ज़्यादा मात्रा में विक रहा वा, इनू पीण वाले बहुत ज़्यादा लोग आ। पहली वीडियो में आमिर खान ने एक बंदे की इंटरव्यू ली आ, और उस बंदे ने कहा जदों मैं सुधर गया ना उस टाइम भी माफिया का सिलसिला चलन लग गया, तो बहुत ज़्यादा बंदे योजे से जिन्हों तो मैंने दूसरे दिन माफ़ी मंगनी पैंती सी, जिहड़ा सिलसिला हुण तक चली जा रहा, इतों तक उन्हें उहदी मम्मी अपनी माता को भी माफ़ी मंगनी हजे वो बाकी सी। ठीक है बेटा, इदा करके शराब होगी या बाकी सारे नशे हो गए वो अपनी जिंदगी खराब करी जाते। एक होर वीडियो सीगी ICU मुंडे का पापा पिया होया, वो दसदा भी घर की हालत बहुत ज़्यादा खराब सी। इस तरह बहुत ज़्यादा नशे है जिहड़े अपनी जिंदगी तबाह करी जा रहे, कोशिश करनी चाहिए सानू इन्हां तों बचना चाहिए, बचने लिए आप सिर्फ कोशिश कर सकते हैं, खुद बच सकते हैं, दूसरों को सलाह कर सकते हैं, इस तों बिना आप ज़्यादा कुछ नहीं कर सकते। तो सारे तो वड्डी गल आप सिर्फ अवेयरनैस ते जागरूकता लिया सकते हैं अपने अपने नेड़े तेड़े अपनी दुनिया। दान संस्था ने इत्थे प्रोग्राम किया 3 दिन का, हाले दूजा दिन ही आ, ਤੁਸੀਂ ਕੀ ਕੀਤਾ, ਕੀ ਦੇਖਿਆ, ਤੁਸੀਂ ਕੀ ਸੁਣਿਆ ਆ? ਅਸੀਂ ਨਸ਼ਿਆਂ ਬਾਰੇ ਸੁਣਿਆ, ਨਸ਼ੇ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਹਨ, ਨਸ਼ੇ ਸਾਡੀ ਜ਼ਿੰਦਗੀ ਲਈ ਠੀਕ ਨਹੀਂ ਰਹਿੰਦੇ, ਜਿਹੜੇ ਨਸ਼ੇ ਕਰਦੇ ਹਨ ਵੱਡੇ ਉਹਨਾਂ ਅਸੀਂ ਸਾਨੂੰ ਉਹਨਾਂ ਨੂੰ ਵੀ ਹਟਾਉਣਾ ਚਾਹੀਦਾ ਹੈ, ਜਿਵੇਂ ਕਿ ਕਈ ਲੋਕ ਤੰਬਾਕੂ ਲਾਉਂਦੇ ਹਨ ਉਹਨਾਂ ਨਾਲ ਮੂੰਹ ਦੀ ਕੈਂਸਰ ਹੋ ਜਾਂਦੀ ਹੈ ਜਿਸ ਦਾ ਇਲਾਜ ਔਖਾ ਹੁੰਦਾ ਹੈ, ਅਤੇ ਜਿਹੜੇ ਕਈ ਲੋਕ ਬੀੜੀ ਫੂਕਦੇ ਹਨ ਉਹ ਬੀੜੀ ਦਾ ਧੂੰਆਂ ਘਰ ਦੇ ਬਾਕੀ ਸਦੱਸਿਆਂ ਨੂੰ ਸਾਹ ਲੈਣ ਵਿੱਚ ਉਸਦੇ ਵੀ ਅੰਦਰ ਜਾਂਦਾ ਹੈ ਜਿਸ ਨਾਲ ਬਾਕੀ ਸਦੱਸਿਆਂ ਦਾ ਵੀ ਫੇਫੜਿਆਂ ਦਾ ਨੁਕਸਾਨ ਹੁੰਦਾ ਹੈ। ਅਤੇ ਦਾਨ ਸੰਸਥਾ ਵਾਲੇ ਨੇ ਤੁਹਾਡੇ ਕੋਲ ਇੱਥੇ ਹੋਰ ਕੀ ਕਰਾਇਆ, ਕੀ ਦਿਖਾਇਆ ਤੁਹਾਨੂੰ? ਸਾਨੂੰ ਨਸ਼ਿਆਂ ਬਾਰੇ ਦਿਖਾਇਆ, ਸਾਨੂੰ ਨਸ਼ਿਆਂ 'ਤੇ ਰੋਕ ਲਾਉਣਾ ਚਾਹੀਦਾ ਹਨ, ਸਾਡੇ ਜਿਹੜੇ ਪਿਤਾ ਨਸ਼ੇ ਕਰਦੇ ਸਨ ਉਹਨਾਂ ਨੂੰ ਵੀ ਹਟਾਉਣਾ ਚਾਹੀਦਾ ਹੈ। ਥੈਂਕ ਯੂ ਤੁਹਾਡਾ। ਆਪਾਂ ਆਪਣਾ ਸਰੀਰ ਆਪਣਾ ਦਿਮਾਗ ਕੰਮ ਨਹੀਂ ਕਰਦਾ, ਠੀਕ ਆ। ਹੁਣ ਇੱਕ ਆਪਾਂ ਤੁਸੀਂ ਦੱਸੋਗੇ ਤੁਸੀਂ ਆਪਾਂ ਜਦੋਂ ਵਧੀਆ ਥਾਂ 'ਤੇ ਰਹਿੰਦੇ ਹਾਂ, ਠੀਕ ਆ, ਆਪਾਂ ਉੱਥੇ ਰਹਾਂਗੇ ਵਧੀਆ ਸੁਖੀ ਰਹਾਂਗੇ, ਨਸ਼ੇ ਨਹੀਂ ਕਰਦੇ। ਜਦੋਂ ਇਨਸਾਨ ਨਸ਼ਾ ਕਰਦਾ ਉਹਨੂੰ ਸਮਝ ਨਹੀਂ ਰਹਿੰਦੀ ਕਿ ਮੈਂ ਕਰਦਾ ਕੀ ਆ, ਉਹ ਆਪਣੇ ਥਾਂ 'ਤੇ ਜੋ ਜਿੱਥੇ ਰਹਿੰਦਾ ਉੱਥੇ ਸਫਾਈ ਸਫੂਈ ਨਹੀਂ ਕਰਦਾ, ਉਹਨੂੰ ਸਿਰਫ ਨਸ਼ੇ ਦਾ ਮਤਲਬ ਉੱਥੇ ਲਿਆਉਂਦਾ, ਨਸ਼ੇ ਦੇ ਜੋ ਬੋਤਲਾਂ ਜੋ ਸਰਿੰਜਾਂ ਜੋ ਵੀ ਹਰੇਕ ਨਸ਼ੇ ਦੀ ਚੀਜ਼ ਸਿੱਟਦਾ ਉੱਥੇ ਪੈ ਜਾਂਦਾ ਗੰਦ। ਤੁਸੀਂ ਇੱਦਾਂ ਦੇ ਗੰਦ ਵਿੱਚ ਰਹਿਣਾ ਚਾਹੁੰਦੇ ਆ ਕਿ ਜੇ ਵਧੀਆ ਥਾਂ 'ਤੇ ਰਹਿਣਾ ਚਾਹੁੰਦੇ ਤੁਸੀਂ ਦੱਸੋ, ਵਧੀਆ ਥਾਂ 'ਤੇ ਰਹੋਗੇ ਕਿੱਦਾਂ? ਤੁਸੀਂ ਹਾਂ ਨਸ਼ਿਆਂ ਤੋਂ ਦੂਰ ਰਹੋਗੇ ਤਾਂ ਤੁਸੀਂ ਆਪਣੇ ਵਾਤਾਵਰਨ ਨੂੰ ਕੀ ਕਰੋਗੇ? ਸਾਫ਼ ਵਾਤਾਵਰਨ ਆਪਾਂ ਨੂੰ ਕੀ ਦਊਗਾ? ਜ਼ਿੰਦਗੀ ਦਊਗਾ। ਇੱਕ ਵਧੀਆ ਜ਼ਿੰਦਗੀ ਜੀਣੀ ਹੈ ਨਾ ਤੁਸੀਂ? ਤੁਸੀਂ ਹੁਣ ਦੱਸੋ ਜੇ ਤੁਸੀਂ ਇੱਕ ਫੁੱਲਾਂ ਵਾਲੀ ਪਾਰਟੀ 'ਚ ਜਾਓਗੇ ਜਿਹੜਾ ਗੰਦ ਆ ਉੱਥੇ ਉਹ ਏਦਾਂ ਦੇ ਬੰਦੇ ਰਹਿੰਦੇ ਆ
ਜਿਹੜੇ ਨਸ਼ਾ ਕਰਦੇ ਆ ਆਪਣੇ ਜਿਹੜੇ ਵਾਤਾਵਰਨ ਨੂੰ ਖਰਾਬ ਕਰਦੇ ਆ ਨਸ਼ੇ ਕਰਕੇ ਆਪਣੀ ਦਿਮਾਗ ਸਿਹਤ ਨੂੰ ਖਰਾਬ ਕਰਦੇ ਆ ਹੁਣ ਇਹ ਤੁਹਾਡੇ ਹੱਥ ਵਿੱਚ ਆ ਤੁਸੀਂ ਕਿਸ ਪਾਸੇ ਜਾਣਾ ਫੁੱਲਾਂ ਵਾਲੀ ਪਾਰਕ ਵਿੱਚ ਰਹਿਣਾ ਜਾਂ ਗੰਦੇ ਨਾਲੇ ਵਿੱਚ ਰਹਿਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਨ ਚੈਰਿਟੀ ਦਾ ਉਪਰਾਲਾ ਸੰਗਤ ਜੀ ਤੁਸੀਂ ਸੁਣ ਚੁੱਕੇ ਹੋ ਹੁਣ ਤੱਕ ਕਿ ਜਿਵੇਂ ਵੱਖੋ ਵੱਖਰੀਆਂ ਕਲਾਸਾਂ 'ਚ ਗਏ ਸੀ ਵੱਖੋ ਵੱਖਰੇ ਉਹਨਾਂ ਦੇ ਅਧਿਆਪਕ ਸਾਹਿਬਾਨ ਜਿਹੜੇ ਕਿ ਦਾਨ ਚੈਰਿਟੀ ਵੱਲੋਂ ਸੇਵਾ ਦਾ ਕੰਮ ਕਰ ਰਹੇ ਆ ਹਰ ਇੱਕ ਕਲਾਸ ਦੇ ਵਿੱਚ ਉਹ ਬੱਚੇ ਨੂੰ ਦੱਸ ਰਹੇ ਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਹੈਗਾ ਦਾਨ ਚੈਰਿਟੀ ਵੱਲੋਂ ਆਰੰਭਿਆ ਹੋਇਆ 3 ਦਿਨ ਦਾ ਕੈਂਪ ਸੀ ਅੱਜ ਤੀਸਰਾ ਦਿਨ ਆ ਇੱਕ ਸ਼ਲਾਘਾਯੋਗ ਉਪਰਾਲਾ ਹੈਗਾ ਕਿ ਜਿਹੜਾ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਜਿਹੜੇ ਕਿ 5 ਸਾਲ 10 ਸਾਲ 12 ਸਾਲ ਜਿਹੜਾ ਵੀ ਕੋਈ ਉਮਰ ਦਾ ਬੱਚਾ ਜਿਸ ਹਿਸਾਬ ਦੀ ਕਲਾਸ ਹੈਗੀ ਆ ਉਸ ਹਿਸਾਬ ਨਾਲ ਉਸ ਕਲਾਸ 'ਚ ਆ ਕੇ ਉਹੋ ਜਿਹੇ ਹੀ ਟੀਚਰ ਸਾਹਿਬਾਨ ਉਹਨਾਂ ਨੂੰ ਸਮਝਾ ਰਹੇ ਆ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾਇਆ ਜਾ ਰਿਹਾ ਉਹਨਾਂ ਨੂੰ ਲਿਖ ਕੇ ਦੱਸਿਆ ਜਾਂਦਾ ਵਾ ਉਹ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਕਿ ਆਪਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਨਸ਼ਿਆਂ ਤੋਂ ਬਹੁਤ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈਗਾ ਇਸ ਕਲਾਸ ਦੇ ਵਿੱਚ ਵੀ ਬੈਠੇ ਹਾਂ ਇਸ ਕਲਾਸ ਦੇ ਵਿੱਚ ਵੀ ਕੁਛ ਬੱਚੀਆਂ ਨੇ ਤਿਆਰ ਕੀਤਾ ਹੋਇਆ ਉਹਨਾਂ ਨੂੰ ਗੱਲਬਾਤ ਕਰਦੇ ਹਾਂ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇੱਕ ਟੀਕਾ ਲਿਖਿਆ ਹੋਇਆ ਇਹਦੇ ਉੱਪਰ ਇੱਕ ਟੀਕੇ ਤੋਂ ਕ੍ਰੋਸ ਕੀਤਾ ਵਾ ਇਹਦਾ ਕ੍ਰੋਸ ਕਰਨ ਦਾ ਮਤਲਬ ਹੈਗਾ ਕਿ ਆਪਾਂ ਨੂੰ ਜਿਹੜੇ ਨਸ਼ਿਆਂ ਦੇ ਟੀਕੇ ਇਹ ਨਹੀਂ ਲਗਾਉਣੇ ਚਾਹੀਦੇ ਸ਼ਰਾਬ ਦੇ ਉੱਤੇ ਕ੍ਰੋਸ ਕੀਤਾ ਹੈਗਾ ਉਹ ਵੀ ਇਹੋ ਹੀ ਨਿਸ਼ਾਨ ਆ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਆ ਹਾਂਜੀ ਉੱਠ ਕੇ ਖੜੇ ਹੋ ਜਾਓ ਰਿੰਪੀ ਤੁਹਾਡਾ ਪਿੰਡ ਕਿਹੜਾ ਭੰਡਾਲ ਬੇਟ ਭੰਡਾਲ ਬੇਟ ਇਹ ਤੁਹਾਨੂੰ ਬਣਾਉਣ ਦਾ ਕੀ ਲੱਗਾ ਤੁਹਾਨੂੰ ਕਿ ਵਧੀਆ ਉਪਰਾਲਾ ਜੋ ਦਾਨ ਚੈਰਿਟੀ ਕਰ ਰਹੀ ਆ ਕੀ ਸਿੱਖਣ ਵਾਸਤੇ ਮਿਲਿਆ ਤੁਹਾਨੂੰ ਸਾਨੂੰ ਨਸ਼ੇ ਕਰਨੇ ਨਹੀਂ ਚਾਹੀਦੇ ਸਮਾਜ ਨੂੰ ਸਮਝਾਓਗੇ ਜਾਂ ਆਂਢ ਗੁਆਂਢ ਤੁਸੀਂ ਦੱਸੋਗੇ ਇਹ ਚੀਜ਼ ਤੁਸੀਂ ਇੱਕ ਲਿਖ ਕੇ ਜਾਂ ਬਣਾ ਕੇ ਦਿਖਾ ਦਿੱਤੀ ਆ ਹੁਣ ਇਹ ਤੋਂ ਨੈਕਸਟ ਕਦਮ ਤੁਹਾਡਾ ਇਹ ਹੋਣਾ ਕਿ ਸਮਾਜ ਨੂੰ ਜਾਗਰੂਕ ਕਰਨਾ ਤੁਸੀਂ ਉਹਦੇ ਵਾਸਤੇ ਵੀ ਕਦਮ ਪੁੱਟੋਗੇ ਹਾਂਜੀ ਤੁਸੀਂ ਆਪੋ ਆਪਣੇ ਘਰਾਂ ਦੇ ਲਾਗੇ ਜਿੱਦਾਂ ਆਂਢ ਗੁਆਂਢ ਦੇ ਵਿੱਚ ਕੋਈ ਚਾਚਾ ਹੁੰਦਾ ਕੋਈ ਤਾਇਆ ਹੁੰਦਾ ਜੇ ਕੋਈ ਵੀਰ ਭਰਾ ਆਪਣਾ ਨਸ਼ਾ ਪੱਤਾ ਕਰਦਾ ਤੁਸੀਂ ਉਹਨੂੰ ਦੂਰ ਕਹੋਗੇ ਕਿ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹਾਂਜੀ ਕਹਾਂਗੇ ਕਿਉਂਕਿ ਤੁਹਾਨੂੰ ਅੱਜ ਦਾਨ ਚੈਰਿਟੀ ਵੱਲੋਂ ਦੱਸਿਆ ਗਿਆ ਕਿ ਇਹ ਚੀਜ਼ ਬਹੁਤ ਮਾੜੀ ਆ ਪਹਿਲੋਂ ਵੀ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਾਂ ਆਮ ਸਾਡੇ ਮਾਪੇ ਸਮਝਾਉਂਦੇ ਆ ਪਰ ਇਹ ਚੈਰਿਟੀਆਂ ਦੇ ਉਪਰਾਲੇ ਜਿਹੜੇ ਆ ਬਹੁਤ ਵਧੀਆ ਉਪਰਾਲੇ ਹੈਗੇ ਆ ਇੰਨਾ ਖਰਚ ਕਰਨਾ ਤੁਹਾਨੂੰ ਆਣ ਕੇ ਇੰਗਲੈਂਡ ਦੀ ਧਰਤੀ ਤੋਂ ਆ ਕੇ ਤੁਹਾਨੂੰ ਸਾਰਾ ਕੁਝ ਅਵੇਅਰ ਕਰ ਰਹੇ ਆ ਵਧੀਆ ਉਪਰਾਲਾ ਲੱਗਦਾ ਤੁਹਾਨੂੰ ਹਾਂਜੀ ਤੁਹਾਡਾ ਕੀ ਨਾਮ ਜੀ ਜੋਤੀ ਤੁਸੀਂ ਕੀ ਬਣਾ ਰਹੇ ਆ ਡਰੱਗਸ ਬਾਰੇ ਬਣਾ ਰਹੇ ਆ ਕਿ ਸਾਨੂੰ ਡਰੱਗਸ ਨਹੀਂ ਕਰਨੀਆਂ ਚਾਹੀਦੀਆਂ ਥੋੜਾ ਇਧਰ ਆ ਜਾਓ ਮੇਰੇ ਲਾਗੇ ਅਸੀਂ ਡਰੱਗਸ ਬਾਰੇ ਬਣਾ ਰਹੇ ਆ ਕਿ ਸਾਨੂੰ ਡਰੱਗਸ ਨਹੀਂ ਕਰਨੀਆਂ ਚਾਹੀਦੀਆਂ ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਆ ਕੀ ਸਿੱਖਣ ਵਾਸਤੇ ਤੁਹਾਨੂੰ ਜ਼ਿਆਦਾ ਕੀ ਮਿਲਿਆ ਕਿ ਅੱਜ ਤੁਸੀਂ ਇੱਕ ਬੀੜੀ ਦੀ ਫੋਟੋ ਬਣਾਈ ਹੈਗੀ ਆ ਇੱਕ ਸ਼ਰਾਬ ਦੀ ਬੋਤਲ ਦੇ ਉੱਤੇ ਕ੍ਰੋਸ ਲਾਇਆ ਹੈਗਾ ਟੀਕਾ ਬਣਾਉਣ ਦੇ ਉੱਤੇ ਕ੍ਰੋਸ ਲੱਗਾ ਹੈਗਾ ਕੀ ਕਹੋਗੇ ਕਿ ਜੋ ਦਾਨ ਚੈਰਿਟੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਤੁਹਾਨੂੰ ਸਮਝਾਇਆ ਜਾ ਰਿਹਾ ਕੀ ਸਿੱਖਣ ਵਾਸਤੇ ਖਾਸ ਮਿਲਿਆ ਤੁਹਾਨੂੰ ਇਹ ਬਹੁਤ ਵਧੀਆ ਉਪਰਾਲਾ ਆ ਕਿ ਸਾਨੂੰ ਦੱਸਿਆ ਗਿਆ ਕਿ ਨਸ਼ੇ ਬਹੁਤ ਬੁਰੀ ਇੱਕ ਲਾਹਨਤ ਆ ਨਸ਼ੇ ਸਾਨੂੰ ਨਹੀਂ ਕਰਨੇ ਚਾਹੀਦੇ ਇਹਨਾਂ ਸਾਡੀ ਸਿਹਤ ਦਾ ਬਹੁਤ ਨੁਕਸਾਨ ਹੁੰਦਾ ਆ ਬਹੁਤ ਜ਼ਿੰਦਗੀ ਖਰਾਬ ਹੁੰਦੀ ਆ ਸਾਡੀ ਬਹੁਤ ਲੋਕ ਰੋਂਦੇ ਨੇ ਕਿ ਸਾਡੇ ਪਾਪਾ ਡਰੱਗਸ ਕਰ ਰਹੇ ਆ ਸਾਨੂੰ ਮਾਰ ਕੁੱਟ ਰਹੇ ਆ ਥੈਂਕ ਯੂ ਤੁਹਾਨੂੰ ਸਿੱਖਣ ਵਾਸਤੇ ਕੁਛ ਮਿਲਿਆ ਤੁਸੀਂ ਇਸ ਸਮਾਜ ਨੂੰ ਵਧੀਆ ਬਣਾਉਣ ਵਾਸਤੇ ਦਾਨ ਚੈਰਿਟੀ ਨਾਲ ਇਹੋ ਜਿਹੇ ਉਪਰਾਲੇ ਕਰੋਗੇ ਹਾਂਜੀ ਤੁਸੀਂ ਆਸ ਪਾਸ ਵੀ ਦੱਸੋਗੇ ਆਪਾਂ ਨੂੰ ਜੋ ਅੱਜ ਤੁਹਾਨੂੰ ਸਿੱਖਣ ਵਾਸਤੇ 3 ਦਿਨ ਹੋ ਗਏ ਕੈਂਪ ਚੱਲਦੇ ਨੂੰ ਜੋ 3 ਦਿਨਾਂ 'ਚ ਤੁਹਾਨੂੰ ਸਿੱਖਣ ਵਾਸਤੇ ਮਿਲਿਆ ਹਾਂਜੀ ਅਸੀਂ ਜ਼ਰੂਰ ਦੱਸਾਂਗੇ ਹਾਂਜੀ ਵਿਚਾਰ ਸੁਣੇ ਸੀ ਇਹਨਾਂ ਬੱਚਿਆਂ ਦੇ ਇਹ ਫੋਟੋਆਂ ਬਣਾਉਣ ਦਾ ਮੇਨ ਮਕਸਦ ਇਹ ਫੋਟੋ ਬਣਾ ਕੇ ਛੱਡ ਦੇਣਾ ਨਹੀਂ ਗਾ ਇਹਦੇ ਉੱਤੇ ਲਿਖੇ ਹੋਏ ਕ੍ਰੋਸ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਆ ਬੀੜੀ ਪੀਣਾ ਸਿਹਤ ਲਈ ਹਾਨੀਕਾਰਕ ਆ ਜੇ ਆਪਾਂ ਇਹ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਦੱਸਣਾ ਚਾਲੂ ਕਰਾਂਗੇ ਤਾਂ ਇਹ ਵੱਡੇ ਹੋ ਕੇ ਇਹਨਾਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਆ ਬਹੁਤ ਵਧੀਆ ਹੈਗਾ ਦਾਨ ਚੈਰਿਟੀ ਵੱਲੋਂ ਕੀਤਾ ਗਿਆ ਉਪਰਾਲਾ ਹਾਂਜੀ ਸੰਗਤ ਜੀ ਇਸ ਟਾਈਮ ਖੜ੍ਹੇ ਹਾਂ ਡਿਸਟ੍ਰਿਕਟ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਖੇ ਜਿੱਥੇ ਕਿ ਦਾਨ ਚੈਰਿਟੀ ਵੱਲੋਂ 3 ਦਿਨਾਂ ਤੋਂ ਕੈਂਪ ਲਗਾਇਆ ਗਿਆ ਸੀ ਵਿਸ਼ੇਸ਼ ਸਹਿਯੋਗ ਦਿੱਤਾ ਦੀਦਾਰ ਸਿੰਘ ਜਿਹੜੇ ਕਿ ਭੰਡਾਲ ਬੇਟ ਤੋਂ ਇਸ ਟਾਈਮ ਦੇ ਉੱਤੇ UK ਨਿਵਾਸੀ ਹਨ ਪਹਿਲੋਂ ਫਤਿਹ ਸਾਂਝ ਪਾਉਂਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਲਕਮ ਟੂ ਯੂ ਭੰਡਾਲ ਬੇਟ ਜ਼ਿਲ੍ਹਾ ਕਪੂਰਥਲਾ ਵਿੱਚ ਥੈਂਕ ਯੂ ਜੀ ਤੁਸੀਂ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਵੀਰ ਬਲਰਾਜ ਜੀ ਹੋਣਾ ਦੱਸਿਆ ਕਿ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਇਸ ਕੈਂਪ ਅਰੇਂਜ ਉਹਨਾਂ ਕੀਤਾ ਸੀ ਸਾਰਾ ਖਰਚਾ ਤੁਹਾਡੇ ਵੱਲੋਂ ਕੀਤਾ ਗਿਆ ਪਰਿਵਾਰ ਵੱਲੋਂ ਕਿਸ ਤਰ੍ਹਾਂ ਲੱਗਾ ਇਹ ਉਪਰਾਲਾ ਇਹਨਾਂ ਦਾ ਦਾਨ ਚੈਰਿਟੀ ਦਾ ਅਤੇ ਤੁਸੀਂ ਕਿਸ ਤਰ੍ਹਾਂ ਦਾ ਨਾਲ ਸਹਿਯੋਗ ਦੇ ਰਹੇ ਹੋ ਦੇਖੋ ਜੋ ਕਰ ਰਿਹਾ ਕਰਤ ਵਾਹਿਗੁਰੂ ਰਿਹਾ ਸਾਰਾ ਕੁਛ ਪਰ ਜੋ ਬਲਰਾਜ ਸਿੰਘ ਪ੍ਰਧਾਨ ਆ ਸਾਡੇ ਇਹਨਾਂ ਨੇ ਸਾਨੂੰ
ਹੌਸਲਾ ਦਿੱਤਾ ਵੀ ਆਪਾਂ ਇਹ ਕੰਮ ਕਰੀਏ, ਬਾਕੀ ਕੰਮ ਛੱਡੀ। ਉਸ ਦਿਨ ਤੋਂ ਹੀ ਕਿਹਾ ਮਨ ਬਣਾ ਲਿਆ ਠੀਕ ਆ। ਹੁਣ ਤੁਸੀਂ ਦੇਖੋ ਗਰੀਬ ਬੱਚੇ ਕਿੰਨੇ ਇਲਾਜ ਕਰਾ ਰਹੇ, ਕਿੰਨੀ ਖਾਣਾ ਪਾਣੀ ਫਰੀ, ਇਹ ਦਾਨ ਕੰਪਨੀ ਵੱਲੋਂ ਆ। ਸੋ ਅਸੀਂ ਬਹੁਤ ਹੀ ਪ੍ਰਾਊਡ ਆ ਇਸ ਚੀਜ਼ 'ਤੇ ਵੀ ਇਹ ਚੰਗੀ ਚੀਜ਼ ਆ, ਬਹੁਤ ਚੰਗੀ ਸੁਭ ਆ। ਉਹਦੇ ਪਿੰਡ ਦੇ ਸਟਾਫ ਨੇ, ਲੋਕਾਂ ਨੇ ਬਹੁਤ ਹੀ ਸਾਥ ਦਿੱਤਾ। ਤੁਹਾਡਾ ਇਹੋ ਹੀ ਪਿੰਡ ਆ ਭੰਡਾਲ ਬੇਟ ਦੇ ਨਿਵਾਸੀ? ਸਾਡਾ ਇਹੋ ਜੱਦੀ ਪਿੰਡ ਇਹੋ, ਇੱਥੇ ਮੈਂ ਪੜ੍ਹਿਆ, ਇੱਥੇ ਜੰਮੇ, ਇੱਥੇ ਸੰਭਾਲ ਕੇ। ਸਕੂਲ ਦੇ ਵਿੱਚ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਆਪਣੇ ਜੱਦੀ ਪਿੰਡ ਦੇ ਵਿੱਚ? ਇਸ ਸਕੂਲ 'ਚੋਂ ਮੈਂ 8ਵੀਂ ਪਾਸ ਕੀਤੀ, ਇਹਦੇ ਬਾਅਦ ਢਲਵਾਂ ਗਏ। ਤੁਸੀਂ ਇੱਕ ਵੱਡਾ ਕੈਂਪ ਵੀ ਰੇਂਜ ਇਸ ਸਕੂਲ ਦੇ ਵਿੱਚ ਕੀਤਾ? ਮੈਂ ਆਪਣੀ ਪਿੰਡ ਦੀ ਜਨਮ ਭੋਗ ਨੂੰ ਬਿਲੋਂਗ ਕਰਦਾ, ਮੈਂ ਲਾਈ ਕਰਦਾ ਵੀ ਇੱਥੇ ਕੁਛ ਨਾ ਕੁਛ ਜ਼ਿੰਦਗੀ ਕੀਤਾ ਜਾਵੇ। ਬਿਲਕੁਲ ਜੀ, ਕੋਈ ਵੀ ਆਪਣਾ NRI ਵੀਰ ਹੈਗਾ, NRI ਭਰਾ ਆਪਣੇ ਪਿਛੋਕੜ ਨਾਲ ਜੁੜੇ ਹੋਏ ਆ, ਪਿੰਡ ਤੌਰ 'ਤੇ ਜੁੜੇ ਹੋਏ ਆ। ਇਸ ਟਾਈਮ 'ਤੇ ਦਿਦਾਰ ਸਿੰਘ ਜੀ ਜਿਹੜੇ ਕਿ UK ਨਿਵਾਸੀ ਹਨ, ਕਿਹੜੀ ਜਗ੍ਹਾ UK ਦੇ ਕਿਹੜੀ ਜਗ੍ਹਾ ਰਹਿੰਦੇ ਤੁਸੀਂ? ਸਲੋਹ ਆ ਜੀ, ਸਲੋਹ ਰਹਿੰਦੇ ਆ, ਵੈਰੀ ਨੀਅਰ ਟੂ ਹੀਥਰੋ ਏਅਰਪੋਰਟ, ਸਲੋਹ ਦੇ ਵਿੱਚ। ਬਿਲਕੁਲ ਜੀ, ਸਲੋਹ ਦੇ ਵਿੱਚ ਰਹਿੰਦੇ ਆ, ਆਪਣੇ ਮੂਲ ਨਾਲ ਕਹਿੰਦੇ ਜੁੜੇ ਹੋਏ ਆ। 8ਵੀਂ ਕਲਾਸ ਇਸ ਸਕੂਲ ਤੋਂ ਕੀਤੀ ਸੀ, ਅੱਜ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੂੰ, ਇੱਕ ਵੱਡਾ ਕੈਂਪ ਅਰੇਂਜ ਕੀਤਾ। ਪਿੱਛੇ ਆਪਾਂ ਦੇਖ ਰਹੇ ਹਾਂ ਲੰਬੀਆਂ ਲਾਈਨਾਂ ਉਹਨਾਂ ਬੱਚਿਆਂ ਦੀਆਂ ਜੋ ਸਕੂਲ ਵਿੱਚ ਪੜ੍ਹਦੇ ਹਨ। ਉਹਨਾਂ ਨੂੰ ਸਿਖਾਇਆ ਵੀ ਜਾ ਰਿਹਾ ਕਿ ਇਹ ਡਰੱਗ ਅਲਕੋਹਲ ਜਿਹੜਾ ਵੀ ਆਪਾਂ ਨਸ਼ੇ ਕਰਦੇ ਹਾਂ ਬਹੁਤ ਮਾੜੇ ਹਨ, ਇਹਦੇ ਨਤੀਜੇ ਵੀ ਭਿਆਨਕ ਹਨ। ਬਹੁਤ ਵਧੀਆ ਉਪਰਾਲਾ ਹੈਗਾ, ਇੱਕ ਸਕੂਲ ਚੁਣਿਆ, ਪ੍ਰਹਲਾਦ ਸਿੰਘ ਜੀ ਨੇ ਦੱਸਿਆ ਸੀ ਕਿ ਇੱਕ ਬੱਚਿਆਂ ਨੂੰ ਅਵੇਅਰ ਕਰਨ ਵਾਸਤੇ। ਤੁਹਾਨੂੰ ਕੀ ਲੱਗਾ ਉਪਰਾਲਾ ਕਿ ਜੋ ਇਹ ਕੇਵਲ ਸਕੂਲ ਹੀ ਚੁਣਿਆ ਗਿਆ, ਕਿਉਂਕਿ 20 ਸਾਲ ਤੋਂ 25 ਸਾਲ ਤੋਂ 30 ਸਾਲ ਤੋਂ ਬੰਦਾ ਸਮਝਦਾਰ ਹੋ ਜਾਂਦਾ, ਪਰ ਇਹੋ ਹੀ ਉਮਰ ਦੇ ਵਿੱਚ ਆਪਾਂ ਨਸ਼ੇ ਵੀ ਜ਼ਿਆਦਾ ਕਰਦੇ ਹਾਂ? ਜੋ ਬਲਰਾਜ ਸਿੰਘ ਨੇ ਸ਼ੁਰੂ ਕਰਵਾਇਆ ਨਾ, ਅਸੀਂ ਤਾਂ ਤੋਂ ਬਾਅਦ ਸ਼ੁਰੂ ਕੀਤਾ, ਇਹ ਤੋਂ ਵੱਡਾ ਕੋਈ ਪੁੰਨਦਾਨ ਨਹੀਂ। ਨਿੱਕੇ ਨਿੱਕੇ ਬੱਚੇ ਸਮੈਕ ਖਾਣ ਲੱਗ ਪਏ, ਸਾਡੀਆਂ ਧੀਆਂ ਵੀ ਖਾਣ ਲੱਗ ਪਈਆਂ। ਇਹਨੂੰ ਹੁਣ ਤੋਂ ਸਟੱਪ ਨਾ ਕਰਾਂਗੇ ਤਾਂ ਬਹੁਤ ਹੀ ਬੈਡ ਹੋ ਜੂਗਾ। ਤੁਸੀਂ ਦੇਖੋ ਕੀ ਜ਼ਮਾਨਾ ਹੁੰਦਾ, ਕਿਹੜੇ ਕਿਹੜੇ ਭਰਾ ਸਾਡੇ ਪਿੰਡਾਂ ਦੇ ਖਾਣ ਪੀਣ ਨੂੰ ਹੁਣ ਜੰਮਦੇ ਬਿਮਾਰ ਹੋਣ ਲੱਗ ਪਏ। ਅਤੇ ਜੋ ਵੀ ਅਸੀਂ ਕਰ ਰਹੇ ਹਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ, ਉਹ ਪਿੰਡ ਦੇ ਸਹਿਯੋਗੀਆਂ ਨਾਲ, ਪੰਚਾਇਤ ਆ ਮੁੰਡੇ ਸਾਡੇ ਪਿੰਡ ਦੇ ਸਾਰੇ, ਹੁਣ ਦੇਖ ਕੇ ਸਾਰੇ ਖੁਸ਼ ਹੁੰਦੇ। ਪਹਿਲਾਂ ਕਹਿੰਦੇ ਐਵੇਂ ਹੁੰਦੀਆਂ ਇਹੋ ਜਿਹੀਆਂ ਗੱਲਾਂ, ਪਰ ਜਦੋਂ ਕੰਮ ਚੱਲੇ ਮਾਸਟਰ ਸਾਹਿਬਾਨ ਟੀਚਰ ਸਾਹਿਬਾਨ ਬਹੁਤ ਹੀ ਸਹਿਯੋਗ ਦਿੱਤਾ। ਤੁਸੀਂ ਦੇਖ ਹੀ ਲਓ ਸਾਹਮਣੇ ਲੰਗਰ ਪਾਣੀ ਦਾ ਦਾਨ ਸੁਸਾਇਟੀ ਵੱਲੋਂ ਇੰਨਾ ਹੈ ਯੋਗਦਾਨ, ਅਸੀਂ ਕਹਿੰਦੇ ਰੱਬ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ, ਤਾਂ ਸਾਰੀ ਦੁਨੀਆ ਵਿੱਚੋਂ ਲੋਕ ਆ ਕੇ ਗਰੀਬਾਂ ਦਾ ਸਾਥ ਦੇਣ। ਜੀ ਦਾਨ ਚੈਰਿਟੀ ਹੈਗੀ ਆ, ਉਹ ਵੀ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਨਾਲ ਚੱਲਦੀ ਆ। ਵੀ ਬਰਨਾਲ ਸਿੰਘ ਤੁਹਾਡੇ ਬਾਰੇ ਦੱਸ ਚੁੱਕੇ ਆ ਕਿ ਪੂਰਾ ਕੈਂਪ ਦਾਨ ਚੈਰਿਟੀ ਦਾ ਉਪਰਾਲਾ ਹੈਗਾ ਕਿ ਆਹ ਪਿੰਡ ਚੁਣਿਆ ਦਾਨ ਚੈਰਿਟੀ ਨੇ, ਪਰ ਇੱਕ ਤੁਹਾਡਾ ਵਿਸ਼ੇਸ਼ ਯੋਗਦਾਨ ਇਹ ਕੈਂਪ ਨੂੰ ਪੂਰਾ ਕਵਰ ਕਰਨ ਦਾ, ਮਾਇਆ ਪੱਖੋਂ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ ਵਾ। ਬਰਨਾਲ ਸਿੰਘ ਨੇ ਸਪੈਸ਼ਲ ਥੈਂਕਸ ਕੀਤਾ ਸੀ ਅਕਾਲ ਚੈਨਲ ਦੇ ਜ਼ਰੀਏ, ਤੁਹਾਨੂੰ ਦੇਸ਼ਾਂ ਵਿਦੇਸ਼ਾਂ 'ਚ ਦੇਖਿਆ ਜਾ ਰਿਹਾ, ਖਾਸ ਕਰਕੇ UK ਦੀ ਧਰਤੀ ਤੋਂ ਅਕਾਲ ਚੈਨਲ ਚੱਲਦਾ। ਅਤੇ ਇਹੋ ਜਿਹੜੇ ਉਪਰਾਲੇ ਸਾਡੇ ਵੀਰ ਇਹ ਕਰਦੇ ਆ, ਉਹਨਾਂ ਤੱਕ ਕੋਸ਼ਿਸ਼ ਕਰੀਦੀ ਆ ਉਹ ਉਪਰਾਲੇ ਜਿਹੜੇ ਸੰਗਤਾਂ ਤੱਕ ਦਿਖਾਲੇ ਜਾਣ। ਕੀ ਕਹੋਗੇ ਤੁਸੀਂ? ਮੈਂ ਤਾਂ ਇਹੋ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਬਾਕੀ ਕੰਮ ਛੱਡ ਕੇ, ਢੱਲੇਬਾਜ਼ੀ ਛੱਡ ਕੇ, ਸਾਰਾ ਕੁਛ ਛੱਡ ਕੇ ਇਹੋ ਜਿਹੇ ਲੋਕ ਭਲਾਈ ਦੇ ਕੰਮ ਕਰੋ, ਸਪੈਸ਼ਲੀ ਗਰੀਬਾਂ ਦੇ। ਫਾਰਮੈਲਿਟੀਆਂ ਵਿੱਚ ਨਹੀਂ ਪੈਣਾ ਚਾਹੀਦਾ, ਆਹ ਕਰ ਲਓ ਆਹ ਕਰ ਲਓ, ਈਰਖਾ ਉਰਖਾ ਛੱਡ ਕੇ ਜੇ ਤੁਸੀਂ ਥੋੜ੍ਹੇ ਵੀ ਚੰਗੇ ਕੰਮ ਕਰ ਜਾਓ ਉਹਦੇ ਨਾਲ ਦੀ ਰੀਸ ਨੇ। ਸੋ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੁਹਾਡੇ ਵਰਗੇ, ਬਲਰਾਜ ਵਰਗੇ ਹੋਰ ਚੰਗੇ ਪੁਰਸ਼ ਇਹਨਾਂ ਕੰਮਾਂ ਨੂੰ ਗਾਈਡ ਕਰਨ, ਥੋੜ੍ਹਾ ਕਨਵਿੰਸ ਲੋਕਾਂ ਨੂੰ ਹੋ ਜਾਏ ਵੀ ਇਹ ਡਰੱਗ ਦਾ ਕੰਮ ਮਾੜਾ, ਆਹ ਕੰਮ ਚੰਗਾ। ਜੇ ਅਸੀਂ 100 ਪੌਂਡ ਵਿੱਚੋਂ 10 ਪੌਂਡ ਵੀ ਰੱਖੀ ਜਾਈਏ ਸਾਲ ਦੇ, ਕਿੰਨੇ ਪੈਸੇ ਬਣ ਜਾਂਦੇ, ਉਹਦੇ ਨਾਲ ਕਈ ਗਰੀਬਾਂ ਦਾ ਭਲਾ ਹੋ ਜਾਂਦਾ। ਦਸਵੰਧ ਆਪਾਂ ਕਹਿ ਸਕਦੇ ਹਾਂ, ਜੋ ਦਸਵੰਧ ਦੀ ਥੋੜ੍ਹੀ ਥੋੜ੍ਹੀ ਰਾਸ਼ੀ ਆ ਉਹ ਜੇ ਇਹੋ ਜਿਹੇ ਕੰਮ ਕੀਤੇ ਜਾਣਗੇ ਤਾਂ ਸਾਡਾ ਦਸਵੰਧ ਕੀਤਾ ਸਫਲ ਹੋ ਸਕਦਾ, ਸਾਡਾ ਜਿਹੜਾ ਦਸਵੰਧ ਦਿੱਤਾ ਬਹੁਤ ਵਧੀਆ ਥਾਂ 'ਤੇ ਲੱਗੇਗਾ। ਮੈਂ ਤਾਂ ਕਹੂੰਗਾ ਹਰ ਬੰਦੇ ਅੱਗੇ ਬੇਨਤੀ ਕਰੂੰਗਾ ਵੀ ਲੋਕ ਬਹੁਤ ਬਹੁਤ ਅਮੀਰ ਵੀ ਹੈਗੇ ਸਪੈਸ਼ਲੀ ਬਾਹਰ, ਉਹਦੇ ਵਿੱਚੋਂ ਥੋੜ੍ਹਾ ਬੜਾ ਵੀ ਦਾਨ ਕਰਕੇ ਗਰੀਬਾਂ ਨੂੰ ਸਿੱਧਾ ਹੀ ਦੇ ਦਿਆ ਕਰਨ। ਕਿਉਂਕਿ ਜੇ ਤੁਸੀਂ ਮਿਡਲ ਮੈਨ ਸ਼ੁਰੂ ਕਰੋ ਤਾਂ ਅੱਜ ਕੱਲ੍ਹ ਖਾਣ ਲੱਗ ਪੈਂਦੇ, ਜਿੱਦਾਂ ਆਹ ਹੋ ਰਿਹਾ ਸਾਰਾ, ਸਿੱਧਾ ਮਰੀਜ਼ਾਂ ਨੂੰ ਕੈਂਪ ਲੱਗ ਰਹੇ, ਦਵਾਈਆਂ ਮਿਲ ਰਹੀਆਂ, ਲੰਗਰ ਪਾਣੀ ਚੱਲ ਰਹੇ, ਹੋਰ ਵੀ ਤੁਸੀਂ ਸਟੇਜ 'ਤੇ ਜਿੰਨੀ ਵੀ ਸਹਾਇਤਾ ਹੋਈ ਅਸੀਂ ਕਰਨ ਨੂੰ ਤਿਆਰ ਹੋ ਕਰਾਂਗੇ। ਸਾਡੇ ਵਿੱਚ ਹੁਣੇ ਆ ਸਰਦਾਰ ਸਵਰਨ ਸਿੰਘ ਪੱਡਾ ਪੱਡਿਆਂ ਤੋਂ ਆਏ ਹਨ, ਇਹ ਵੀ ਬਹੁਤ ਹੀ ਦਾਨੀ ਬੰਦੇ ਹਨ, ਇਹਨਾਂ ਦੇ ਮੁੰਡੇ ਦਾ ਬੜਾ ਕੰਮ ਆ, ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਜਿੰਨੇ ਵੀ ਬੰਦੇ ਬਾਹਰੋਂ ਆਏ ਆ, ਜਿੰਨੇ ਵੀ ਟੀਚਰ ਸਾਹਿਬਾਨ ਹਨ, ਸਾਰਿਆਂ ਦਾ ਬਹੁਤ ਬਹੁਤ 3 ਦਿਨ ਤੋਂ 4 ਦਿਨ ਤੋਂ ਰਾਤ ਦਿਨ, ਇੱਕ ਸਾਡੇ ਮਾਸਟਰ ਸਾਹਿਬ ਆ ਨਾ ਬਿੰਦਰ ਸਿੰਘ, ਉਹਨੇ ਵੀ ਬਹੁਤ ਹੀ ਧੰਨਵਾਦ, ਉਹਦਾ ਵੀ ਬਹੁਤ ਧੰਨਵਾਦ, 3-4 ਦਿਨਾਂ ਤੋਂ ਚਾਲੋ ਦਾ ਕੰਮ ਆ। ਸੋ ਮੈਂ ਨਾ ਆਪਣੀ ਵੱਲੋਂ ਔਰ ਸਾਡੇ ਪਿੰਡ ਦੀ ਪੰਚਾਇਤ ਵੱਲੋਂ, ਕਮੇਟੀ ਵੱਲੋਂ, ਸਾਰੇ ਵਾਰ NRI ਵੀਰਾਂ ਵੱਲੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬਿਲਕੁਲ ਜੀ, ਇੱਕ ਸਾਫ ਲਫ਼ਜ਼ਾਂ ਦੱਸ ਚੁੱਕੇ ਕਿ ਧੜੇਬਾਜ਼ੀ ਤੋਂ
ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਹੋ ਜਿਹੇ ਕੰਮ ਪਲਾਉਣੇ ਚਾਹੀਦੇ ਆ। ਬਰਲਾਸ ਸਿੰਘ ਜੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀ, ਉਹਨਾਂ ਦੀ ਸੰਸਥਾ ਵੱਲੋਂ ਦਾਨ ਚੈਰਿਟੀ ਵੱਲੋਂ ਉਪਰਾਲਾ ਕੀਤਾ ਸੀ। ਦੀਦਾਰ ਸਿੰਘ ਜੀ ਜਿਹੜੇ ਕਿ ਸਲੋਹ ਤੋਂ UK ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਆਪਣਾ ਪਿੰਡ ਚੁਣਿਆ ਅਤੇ ਪਿੰਡ ਦਾ ਸਕੂਲ ਚੁਣਿਆ, ਸਕੂਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਅਵੇਅਰਨੈਸ ਕੈਂਪ ਲਗਾਇਆ ਗਿਆ, ਨਾਲ ਪਿੰਡ ਦੀਆਂ ਸੰਗਤਾਂ ਵੀ ਇੱਥੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਵਾਂ। ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਬੱਚਿਆਂ ਦੀ ਸੰਖਿਆ ਵਾ ਜਿਹੜੇ ਕਿ ਲਾਗੋਂ ਹੋਰ ਵੀ ਸਕੂਲਾਂ ਤੋਂ ਪਹੁੰਚੇ ਹੋ ਗਏ ਆ। ਅਵੇਅਰਨੈਸ ਕੈਂਪ ਆਪਾਂ ਬਲਾਸਿੰਗ ਵੱਲ ਚੱਲਦੇ ਹਾਂ ਕਿ ਵੀਰ ਜੀ ਨੇ ਤੁਹਾਡੇ ਬਾਰੇ ਦੱਸ ਹੀ ਚੁੱਕੇ ਹਾਂ, ਦਾਨ ਚੈਰਿਟੀ ਵੱਲ ਜਿਹੜਾ ਉਪਰਾਲਾ ਕੀਤਾ ਗਿਆ, ਕੀ ਕਹੋਗੇ ਵੀਰ ਦੀਦਾਰ ਸਿੰਘ ਬਾਰੇ ਜਿਹਨਾਂ ਐਡਾ ਵੱਡਾ ਕੈਂਪ ਲਵਾਇਆ ਤੁਹਾਡੇ ਨਾਲ? ਇੱਦਾਂ ਹੁੰਦੀ ਜੀ, ਸਾਡੇ ਵੈਸੇ ਅੰਕਲ ਜੀ ਬਹੁਤ ਸਤਿਕਾਰਯੋਗ ਆ, ਜਿਹਨਾਂ ਦਾ UK ਦੇ ਵਿੱਚ ਵੀ ਤਕਰੀਬਨ ਸਾਰੀ ਦੁਨੀਆਂ ਦੇ ਵਿੱਚ ਇਹਨਾਂ ਦਾ ਬੜਾ ਮਾਣ, ਇਹਨਾਂ ਨਾਲ ਖੜੇ ਕਰਨ ਇਹਨਾਂ ਦਾ ਸਮਾਨ ਸਾਰੀ ਦੁਨੀਆ ਦੇ ਵਿੱਚ। ਜਦੋਂ ਤੁਸੀਂ ਆਪਣੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਹੋ ਤਾਂ ਤੁਹਾਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। ਅਸੀਂ ਤਾਂ ਇੱਕ ਛੋਟਾ ਜਿਹਾ ਆਪਣਾ ਯੋਗਦਾਨ ਲੈ ਕੇ ਆਏ ਹਾਂ, ਪਰ ਵੱਡਾ ਯੋਗਦਾਨ ਇਹਨਾਂ ਨੇ ਦਿੱਤਾ। ਮੈਂ ਕਹਿੰਦਾ ਪਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ, ਇੱਦਾਂ ਦੇ ਕੰਮ ਪਿੰਡਾਂ ਦੇ ਵਿੱਚ ਹੁੰਦੇ ਰਹਿਣ। ਜੇ ਇਹੋ ਜਿਹੇ ਇਨਸਾਨ ਪਿੰਡਾਂ ਦੇ ਵਿੱਚ ਹੋਣਗੇ ਤਾਂ ਹਰ ਪਿੰਡ ਵਿੱਚ ਚੜ੍ਹਦੀ ਕਲਾ ਹੋਊਗੀ, ਤਾਂ ਸਾਨੂੰ ਕਿਸੇ ਤਰ੍ਹਾਂ ਦੀ ਵਰੀ ਕਰਨ ਦੀ ਲੋੜ ਨਹੀਂ। ਦੂਰੋਂ ਦੂਰੋਂ ਬੱਚੇ ਚੱਲ ਕੇ ਇਹਨਾਂ ਦੇ ਪਿੰਡ ਵਿੱਚ ਆਏ ਆ, ਇਹਨਾਂ ਦੇ ਜਿਹੜਾ ਇਹਨਾਂ ਦਾ ਸਾਰਾ ਸਹਿਯੋਗ ਆ, ਬੱਚਿਆਂ ਦੇ ਦਾਨ ਜਿਹੜਾ ਕਦੀ ਵਿਅਰਥ ਨਹੀਂ ਜਾਂਦਾ। ਮੈਂ ਤਾਂ ਕਹਿੰਦਾ ਹੋਰ ਵੀ ਮੇਰੇ ਵੀਰ UK ਤੋਂ ਬਹੁਤ ਲੋਕਾਂ ਨੇ ਸੇਵਾ ਕੀਤੀ ਆ, ਪਰ ਹੋਰ ਵੱਧ ਤੋਂ ਵੱਧ ਆਉਣ ਕਿ ਅਸੀਂ ਇਹਦੂ ਵੱਡੇ ਕੈਂਪ ਲਾ ਸਕੀਏ, ਜ਼ਿਆਦਾ ਪੈਸੇ ਕਰ ਸਕੀਏ। ਵੱਡੇ ਕੈਂਪਾਂ ਦੇ ਨਾਲ ਜਾਣੀ ਪਿਛਲੇ ਸਾਲ 1300 ਬੱਚੇ ਦਾ ਕੈਂਪ ਸੀ, 4 ਦਿਨ ਦਾ ਕੈਂਪ ਸੀਗਾ। ਬਹੁਤ ਸਹਿਯੋਗ ਬਸੰਤ ਬਾਬਾ ਬਲਬੀਰ ਸਿੰਘ ਉਹਨੇ ਵੀ ਸਾਡਾ ਸਹਿਯੋਗ ਦਿੱਤਾ। ਸੋ ਮੈਂ ਸਰਦਾਰ ਭੰਡਾਰ ਦੀਦਾਰ ਸਿੰਘ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਅਤੇ ਇਹਨਾਂ ਦੀ ਟੀਮ ਦਾ, ਅਤੇ ਇਹਨਾਂ ਦੇ ਪਿੰਡ ਦਾ, ਅਤੇ ਇਹਨਾਂ ਦੇ ਸਕੂਲ ਦਾ, ਜਿਨ੍ਹਾਂ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬਹੁਤ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਬਣਾਇਆ। ਅਤੇ ਦੂਸਰਾ, ਇਹ ਬਿਲਕੁਲ ਪ੍ਰੋਗਰਾਮ ਜਿਹੜਾ ਨੋਨ ਪੋਲੀਟੀਕਲ ਪ੍ਰੋਗਰਾਮ ਹੈ, ਨੋਨ ਰਿਲੀਜੀਅਸ, ਕੋਈ ਜਾਤ ਪਾਤ ਦੀ ਕਿਸੇ ਤਰ੍ਹਾਂ ਦੀ, ਇੱਕ ਬਾਬੇ ਨਾਨਕ ਦਾ ਜੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਅੱਗੇ ਤੁਰੇ ਹਾਂ। ਸਹਿਯੋਗ ਦੇ ਨਾਲ ਮੇਰੇ ਅੰਕਲ ਜੀ ਇੱਦਾਂ ਦੇ ਵੀਰ ਚਾਹੀਦੇ ਹਨ ਜਿਹੜੇ ਸਾਨੂੰ ਖੁਸ਼ੀ ਹੋਈ, ਅਸੀਂ ਸੰਭਵ ਦਿਲ ਖੋਲ੍ਹ ਕੇ ਸਾਰੇ ਕੰਮ ਕੀਤੇ, ਬਹੁਤ ਸੋਹਣਾ ਲੱਗਾ ਜੀ, ਬਹੁਤ ਬੱਚੇ ਖੁਸ਼ ਆ, ਬਹੁਤ ਬਹੁਤ ਧੰਨਵਾਦ। ਕਿਸੇ ਵੀ ਧਰਮ ਨਾਲ ਜੁੜੇ ਹੋਵੋ, ਆਪਣੇ ਧਰਮ ਦੇ ਨਾਲ ਪੱਕੇ ਜੁੜੇ ਰਹੋ, ਪਰ ਹਰ ਇੱਕ ਧਰਮ ਦਸਵੰਧ ਵਾਸਤੇ ਜਾਂ ਚੰਗੇ ਕੰਮਾਂ ਵਾਸਤੇ ਹੀ ਅੱਗੇ ਆਉਂਦਾ, ਚੰਗੇ ਕੰਮ ਕਰਨ ਵਾਸਤੇ। ਕਹਿੰਦਾ ਵੀ ਦੀਦਾਰ ਸਿੰਘ ਵੀ ਜਿਹੜਾ ਉਪਰਾਲਾ ਕਰ ਰਿਹਾ ਪਿੰਡ ਵਾਸਤੇ ਬਹੁਤ ਵਧੀਆ, ਅਤੇ ਆਸ ਕਰਦੇ ਹਾਂ ਕਿ ਜਿਹੜਾ ਦਾਨ ਚੈਰਿਟੀ ਵੱਲੋਂ ਕੀਤਾ ਹੋਇਆ ਪ੍ਰੋਗਰਾਮ ਅੱਜ ਭੰਡਾਲ ਬੇਟ ਦੇ ਵਿੱਚ ਆਪਣੀ ਛਾਪ ਛੱਡ ਕੇ ਜਾਊਗਾ। ਇਹ ਕਈਆਂ ਨੂੰ ਇਹ ਡਰੱਗ ਤੋਂ ਦੂਰ ਕਰੂਗਾ, ਇਹ ਬੱਚਿਆਂ ਨੂੰ ਅਵੇਅਰਨੈਸ ਕੈਂਪ ਆ, ਹਜ਼ਾਰਾਂ ਬੱਚੇ ਜਿਹੜੇ ਆ ਇਹ ਅੱਜ ਅਵੇਅਰ ਹੋਣਗੇ, ਅਤੇ ਆਪਣੇ ਮਾਂ ਪਿਓ ਨੂੰ ਵੀ ਦੱਸਣਗੇ ਕਿ ਜਿਹੜਾ ਇਹ ਨਸ਼ਾ ਹੈਗਾ, ਨਸ਼ੇ ਤੋਂ ਬਚਣਾ ਚਾਹੀਦਾ। ਬਹੁਤ ਵਧੀਆ ਉਪਰਾਲਾ ਹੈਗਾ, ਕੀ ਕਹੋਗੇ ਲਾਸਟ ਵਿੱਚ ਦੀਦਾਰ ਸਿੰਘ ਜੀ ਤੁਸੀਂ? ਲਾਸਟ ਮੈਂ ਸਭ ਤੋਂ ਜ਼ਿਆਦਾ ਬਲਰਾਜ ਸਿੰਘ ਦਾ, ਪ੍ਰਧਾਨ ਸਾਹਿਬ ਦਾ ਧੰਨਵਾਦ ਕਰੂੰਗਾ, ਔਰ ਸਿੱਧੂ ਪਰਿਵਾਰ 5-4 ਫੈਮਿਲੀਆਂ ਸਦਮਾ ਤੋਂ ਆਈਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰੂੰਗਾ। ਮੇਰੀ ਆਪਣੀ ਫੈਮਿਲੀ ਵੀ, ਸਾਰੇ ਪਰਿਵਾਰ ਸਾਰੇ ਇੱਥੇ ਆਏ ਇਸ ਕੰਮ ਲਈ ਸਪੈਸ਼ਲ, ਔਰ ਸਾਡੇ ਹੈੱਡਮਾਸਟਰ ਸਾਹਿਬ ਦਾ, ਬਾਕੀ ਟੀਚਰਾਂ ਦਾ, ਸਾਰਿਆਂ ਦਾ ਬਹੁਤ ਧੰਨਵਾਦ ਕਰੂੰਗਾ। ਔਰ ਮੈਂ ਗਾਂਹ ਸਾਰਿਆਂ ਨੂੰ ਇਹੋ ਕਰੂੰਗਾ, ਛੱਡੋ ਪੋਲੀਟੀਕਲ ਗੱਲਾਂ ਨੂੰ, ਛੱਡੋ, ਜੋ ਵੀ ਤੁਸੀਂ ਦਾਨ ਪੁੰਨਦਾਨ ਕਰ ਸਕਦੇ ਹੋ ਗਰੀਬਾਂ ਲਈ, ਜੋ ਇਸ ਵੇਲੇ ਜਾਂ ਪੜ੍ਹਾਈ ਲਈ ਬੱਚਿਆਂ ਲਈ ਕਰਦੇ ਹੋ, ਉਹਦੇ ਬਾਰੇ ਕਰੋ। ਔਰ ਅਖੀਰ ਵਿੱਚ ਮੈਂ ਬਲਰਾਜ ਸਿੰਘ ਨੂੰ ਕਹੂੰਗਾ, ਜੇ ਅਗਲੇ ਸਾਲ ਵੀ ਸਾਡੇ ਪਿੰਡ ਮਿਹਰਬਾਨੀ ਕਰ ਦਿਓ ਤਾਂ ਮੈਂ ਬਹੁਤ ਬਹੁਤ ਧੰਨਵਾਦ ਹੋਊਂਗਾ, ਔਰ ਵੱਧ ਤੋਂ ਵੱਧ ਜੋ ਅਸੀਂ ਸੇਵਾ ਕਰ ਸਕਾਂਗੇ ਕਰਾਂਗੇ। ਕੀ ਕਹੋ ਬਲਰਾਜ ਸਿੰਘ ਜੀ, ਹੁਣ ਅਗਲੇ ਸਾਲ ਵਾਸਤੇ ਤੁਹਾਨੂੰ ਬੁੱਕ ਕਰਨਾ ਚਾਹੁੰਦੇ ਆ? ਆਪਾਂ ਨੂੰ 1-2 ਸਾਲ ਦਾ ਗੈਪ ਦੇਣਾ ਪੈਂਦਾ, ਕਰਕੇ ਬੱਚੇ ਸਕੂਲ ਦੇ ਵਿੱਚ ਹੋਰ ਆ ਜਾਂਦੇ ਵੱਡੇ, ਫਿਰ ਉਹ ਨਿਕਲ ਜਾਂਦੇ, ਫਿਰ ਉਹਨਾਂ ਨੂੰ ਸਹਿਯੋਗ ਦੀ ਲੋੜ ਆ, ਫਿਰ ਅੰਕਲ ਉਹਨਾਂ ਦਾ ਦਿੰਦੇ ਰਹਿਣਗੇ, ਤੁਸੀਂ ਜੁੜੇ ਰਹੋਗੇ? ਨਹੀਂ, ਅਸੀਂ ਤਾਂ ਜੁੜੇ ਹਾਂ ਅੰਕਲ ਜੀ, ਉਹਨੇ ਕਹਿਣਾ ਅਸੀਂ ਤਾਂ ਐਵਰੀ ਈਅਰ 1 ਦਿਨ ਦਾ ਕੈਂਪ ਲਾ ਜਾਇਆ ਕਰਾਂਗੇ ਇਹਨਾਂ ਦੇ ਪਿੰਡ ਵਿੱਚ। ਤਿੰਨ ਦਾ ਤੁਹਾਡੇ ਕੋਲ ਵਾਅਦਾ ਲੈਣਾ ਚਾਹੁੰਦਾ, ਬਹੁਤ ਵਧੀਆ ਉਪਰਾਲਾ ਹੈਗਾ। ਦੀਦਾਰ ਸਿੰਘ ਐਟ ਟਾਈਮ ਖੁਸ਼ ਹੈਗੇ ਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਅਵੇਅਰਨੈਸ, ਡਰੱਗ ਅਵੇਅਰਨੈਸ ਕੈਂਪ ਲਗਾਇਆ ਗਿਆ, ਜਿਹੜਾ ਕਿ ਅਗਲੇ ਸਾਲ ਵਾਸਤੇ ਵੀ ਉਹਨਾਂ ਕਹਿ ਦਿੱਤਾ ਕਿ ਦਾਨ ਚੈਰਿਟੀ ਨੂੰ ਅਸੀਂ ਫਿਰ ਬੁਲਾਉਣਾ ਵਾ ਇਸ ਪਿੰਡ ਦੇ ਵਿੱਚ, ਇਸ ਸਕੂਲ ਦੇ ਵਿੱਚ। ਜੇ ਅੱਜ ਹਜ਼ਾਰਾਂ ਘਰਾਂ ਤੱਕ, ਲੱਖਾਂ ਲੋਕਾਂ ਤੱਕ ਉਹ ਆਵਾਜ਼ ਪਹੁੰਚਣੀ ਆ, ਅਤੇ ਅਗਲੇ ਸਾਲ ਉਹ ਤੋਂ ਵੱਧ, ਪਰਮਾਤਮਾ ਕਰੇ ਕਿ ਅਗਲੇ ਸਾਲ ਤੱਕ ਨਸ਼ਾ ਮੁਕਤ ਪੰਜਾਬ ਸਿਰਜਦੀ ਆ ਆਪਾਂ, ਜੇ ਘਰ ਘਰ ਤੱਕ ਆਵਾਜ਼ ਪਹੁੰਚੂਗੀ ਨਸ਼ਾ ਮੁਕਤ ਪੰਜਾਬ ਹੋ ਸਕਦਾ। ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ, ਸਾਡੇ ਪਿੰਡ ਦੇ NRI ਭਰਾ ਔਰ ਦੂਜੇ ਭਰਾ ਬਹੁਤ ਸਰਦੇ ਆ, ਇਹਨਾਂ ਕੰਮਾਂ ਨੂੰ ਬਾਕੀ ਪਾਰਟੀਬਾਜ਼ੀ ਛੱਡ ਕੇ ਇਹਨਾਂ ਕੰਮਾਂ ਨੂੰ ਮੂਹਰੇ ਹੋ ਕੇ ਕੰਮ ਕਰਨ। ਬਾਹਰੋਂ ਵੀ ਜਿਹੜਾ ਮਰਜ਼ੀ ਆ ਕੇ ਦਾਨ ਸੁਸਾਇਟੀ ਦੀ ਹੈਲਪ ਕਰੇ, ਮੂਹਰੇ ਹੋ ਕੇ ਸੇਵਾ ਕਰੇ, ਸਾਰਿਆਂ ਨੂੰ ਜੀ ਆਇਆਂ ਆਖਾਂਗੇ। ਧੰਨਵਾਦ।
ਬਿਲਕੁਲ ਜੀ, ਐਨ ਆਰ ਆਈ ਵੀਰਾਂ ਨੂੰ ਸਪੈਸ਼ਲ ਸੱਦਾ ਹੈਗਾ। ਵੀਰ ਵੀ ਬਾਹਰੋਂ ਆਏ ਹੋਏ ਆ, ਐਨ ਆਰ ਆਈ ਵੀਰ ਹੈਗੇ ਆ, ਪਰ ਆਪਣੇ ਭਰਾਵਾਂ ਨੂੰ ਸੱਦਾ ਦਿੰਦੇ ਆ ਕਿ ਜਿਵੇਂ ਰਲ ਕੇ ਆਪਾਂ ਇਹੋ ਜਿਹੇ ਕੈਂਪ ਲਵਾਈਏ, ਨਸ਼ਾ ਮੁਕਤ ਪੰਜਾਬ ਸਿਰਜੀਏ। ਧੰਨਵਾਦ ਕਰਦੇ ਹਾਂ ਦੀਦਾਰ ਸਿੰਘ ਜੀ ਦਾ, ਬਲਰਾਗ ਸਿੰਘ ਦਾ, ਜਿਹੜੇ ਕਿ ਆਪਣੇ ਮੂਲ ਨਾਲ ਜੁੜੇ ਹੋ ਗਏ, ਆਪਣੇ ਪੰਜਾਬ ਨਾਲ ਜੁੜੇ ਹੋਏ ਆ, ਅਤੇ ਇਹੋ ਜਿਹੇ ਕੈਂਪ ਅਰੇਂਜ ਕਰ ਰਹੇ ਆ। ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ, ਇਸ ਟਾਈਮ ਭੰਡਾਲ ਬੇਟ ਪਿੰਡ ਬਾਰੇ ਦੱਸ ਚੁੱਕੇ ਹਾਂ ਕਿ ਜਿਹੜਾ ਕਿ ਬਲਰਾਜ ਸਿੰਘ ਵੱਲੋਂ, ਵੀਰ ਵੱਲੋਂ ਅਤੇ ਦਾਨ ਚੈਰਿਟੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ, ਦੀਦਾਰ ਸਿੰਘ ਜੀ ਜਿਹੜੇ ਕਿ ਸਲੋਹ ਨਿਵਾਸੀ ਹਨ, ਪੂਰਾ ਅਰੇਂਜ ਕੀਤਾ ਹੋਇਆ ਕੈਂਪ। ਹੋਰ ਵੀਰ ਜੀ ਸਾਡੇ ਨਾਲ ਜੁੜ ਚੁੱਕੇ ਆ, ਉਹਨਾਂ ਨੂੰ ਪੁੱਛਦੇ ਹਾਂ ਕਿ ਕਿਵੇਂ ਦਾ ਲੱਗਾ ਉਪਰਾਲਾ ਬਲਰਾਜ ਸਿੰਘ ਜੀ ਦਾ, ਦੀਦਾਰ ਸਿੰਘ ਜੀ ਦਾ, ਅਤੇ ਦਾਨ ਚੈਰਿਟੀ ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ, ਕਿਵੇਂ ਦਾ ਲੱਗਾ? ਕੀ ਸ਼ੁਭਨਾਮ ਜੀ ਆਪਣਾ? ਮਲਕੀਤ ਸਿੰਘ, ਬੜੋਆਲ। ਮਲਕੀਤ ਸਿੰਘ ਜੀ, ਤੁਸੀਂ ਇਸੇ ਪਿੰਡ ਦੇ ਨਿਵਾਸੀ ਆ? ਨਹੀਂ ਨਹੀਂ, ਮੈਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਹਾਂ ਕਲੇਰਾਂ, ਉੱਥੋਂ ਦਾ ਪ੍ਰਧਾਨ ਹੈ, ਜਿਹੜਾ ਕਿ 1984 ਦੇ ਵਿੱਚ ਇਹ ਟਰੱਸਟ ਨੇ ਕੰਮ ਸ਼ੁਰੂ ਕੀਤਾ ਸੀ। ਚੈਰੀਟੇਬਲ ਹੋਸਪਿਟਲ ਹੈ, ਨਰਸਿੰਗ ਸਕੂਲ ਹੈ, ਨਰਸਿੰਗ ਕਾਲਜ ਹੈ, ਪਲੱਸ ਟੂ ਸਕੂਲ ਹੈ, ਡੀ ਐਡਿਕਸ਼ਨ ਸੈਂਟਰ ਹੈ, ਔਰ ਇਸ ਵੇਲੇ ਸਾਡੇ ਕੋਲ 250 ਬੈੱਡ ਦਾ ਹੋਸਪਿਟਲ ਹੈ, ਜਿਹਦੇ ਵਿੱਚ 12 ਸਪੈਸ਼ਲਿਸਟ ਡਾਕਟਰ ਨੇ, ਬਾਕੀ ਐਮਰਜੈਂਸੀ EMO ਡਾਕਟਰਸ ਨੇ, ਔਰ ਸਾਡੇ ਕੋਲ ਨਰਸਿੰਗ ਸਕੂਲ ਹੈ, ਨਰਸਿੰਗ ਕਾਲਜ ਹੈ, ਜਿੱਥੇ 500 ਲੜਕੀਆਂ ਨਰਸਿੰਗ ਦੀ ਐਜੂਕੇਸ਼ਨ ਪ੍ਰਾਪਤ ਕਰਦੀਆਂ, ਔਰ ਵਿੱਚੇ ਹੋਸਟਲ ਹੈ। ਅੱਜ ਜਿਹੜੇ ਸੇਵਾ ਕਰ ਰਹੇ ਆ ਬੱਚੇ, ਪਿੱਛੇ ਦਿਖਦੇ ਆ, ਬਾਹਰ ਵੀ ਕੁਛ ਲੜਕੀਆਂ ਸੇਵਾ ਕਰ ਰਹੀਆਂ, ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ? ਹਾਂਜੀ, ਸਾਡੇ ਡਾਕਟਰਸ ਦੀ ਔਰ ਨਰਸ ਦੀ ਟੀਮ ਜਿਹੜੀ ਆ, ਸਾਡੇ ਹੋਰ ਬਾਕੀ ਵਰਕਰ ਸਾਹਿਬਾਨ, ਸਾਡੀ ਪੂਰੀ ਟੀਮ ਇੱਥੇ ਆਈ ਆ, ਉਹੀ ਸਾਰਾ ਚੈੱਕਅਪ ਕਰਦੇ ਆ ਔਰ ਮੈਡੀਸਨ ਦਿੰਦੇ ਆ, ਔਰ ਜਿਹੜਾ ਵੀ ਕੋਈ ਦਾਖਲ ਕਰਨ ਵਾਲਾ ਹੋਏਗਾ ਉਹਨੂੰ ਦਾਖਲ ਕੀਤਾ ਜਾਏਗਾ, ਔਰ ਸਾਰਾ ਇਹ ਇਹਨੇ ਜਿਹੜੇ UK ਤੋਂ ਆਏ ਆ ਸੱਜਣ ਅਟਵਾਲ ਸਾਹਿਬ ਹੈ, ਇਹਨਾਂ ਦੇ ਰੈਲੇਟਿਵ ਹੈ, ਇਹਨਾਂ ਦਾ ਮਤਲਬ ਇਹਨਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ। ਬਿਲਕੁਲ ਜੀ, ਤੁਹਾਡਾ ਵੀ ਬਹੁਤ ਵਧੀਆ ਉਪਰਾਲਾ ਹੈਗਾ ਚੈਰਿਟੀ ਦੇ ਪ੍ਰਧਾਨ ਹੋਣ ਦੇ ਨਾਤੇ, ਤੁਸੀਂ ਵੀ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਦਾਨ ਚੈਰਿਟੀ ਦੇ ਨਾਲ ਇਹੋ ਜਿਹੇ ਉਪਰਾਲੇ ਕਰ ਰਹੇ, ਕਿਵੇਂ ਦਾ ਲੱਗਾ ਦਾਨ ਚੈਰਿਟੀ ਦਾ ਜੋ ਉਪਰਾਲਾ ਕੀਤਾ ਜਾ ਰਿਹਾ? ਬਹੁਤ ਵਧੀਆ, ਬੜਾ ਬਹੁਤ ਹੀ ਸ਼ਲਾਘਾਯੋਗ ਇਹਨਾਂ ਦਾ ਕਦਮ ਹੈ, ਔਰ ਜੋ ਅਸੀਂ ਵੀ ਲੋਕਾਂ ਗਰੀਬ ਲੋਕਾਂ ਦੀ ਸੇਵਾ ਕਰਦੇ ਹਾਂ ਉੱਥੇ, ਔਰ ਇਹ ਵੀ ਕੋਸ਼ਿਸ਼ ਕਰ ਰਿਹਾ ਕਿ ਗਰੀਬ ਲੋਕਾਂ ਦੀ ਸੇਵਾ ਕੀਤੀ ਜਾਵੇ, ਤਾਂ ਕਿ ਗਰੀਬ ਲੋਕ ਹੈ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਇੱਕ ਆਪਾਂ ਪੰਜਾਬੀ ਦੀ ਕਹਾਵਤ, ਹੱਥ ਨਾਲ ਹੱਥ ਮਿਲਾ ਕੇ, ਜਿੱਦਾਂ ਤੁਸੀਂ ਕਹਿ ਦਿੰਦੇ ਆਪਾਂ, ਤੁਸੀਂ ਵੀ ਫਿਰ ਦਾਨ ਚੈਰਿਟੀ ਨਾਲ ਪੂਰਾ ਹੱਥ ਮਿਲਾਇਆ ਹੈਗਾ, ਤੁਸੀਂ ਵੀ ਜੋ ਉਹ ਸੇਵਾ ਕਰ ਰਹੇ ਆ, ਤੁਸੀਂ ਵੀ ਸੇਵਾ ਦਾ ਭਾਵਨਾ ਨਾਲ ਕੰਮ ਕਰ ਰਹੇ? ਬਿਲਕੁਲ, ਅਸੀਂ ਸਾਡੇ ਜਿਹੜੇ ਗਰੀਬ ਪੇਸ਼ੈਂਟ ਆਉਂਦੇ ਆ, ਹਰ ਮਹੀਨੇ 2.5 ਲੱਖ ਤੋਂ ਲੈ ਕੇ 3 ਲੱਖ ਰੁਪਇਆ ਅਸੀਂ ਉਹਨਾਂ ਗਰੀਬਾਂ ਦੇ ਬਿੱਲ ਲੈਸ ਕਰਦੇ ਹਾਂ, ਔਰ ਤਕਰੀਬਨ 100 ਪਿੰਡ ਦੀ ਆਲੇ ਦੁਆਲੇ ਦੇ ਬੈੱਡ ਫਰੀ ਆ, ਜਿਨ੍ਹਾਂ ਲੋਕਾਂ ਨੇ ਡੋਨੇਸ਼ਨ ਦਿੱਤੀ ਆ, ਆਪਣਾ ਪਿੰਡ ਦਾ ਬੈੱਡ ਫਰੀ ਕਰਾ ਲਿਆ, ਉੱਥੋਂ ਜੋ ਜਿੰਨੇ ਵੀ ਪੇਸ਼ੈਂਟ ਆਉਣ ਉਹਨਾਂ ਦਾ ਕੋਈ ਬੈੱਡ ਚਾਰਜ ਨਹੀਂ ਕੀਤਾ ਜਾ ਸਕਦਾ, ਕੀਤਾ ਜਾਂਦਾ ਪਿੰਡ ਦੇ ਹੋਣਗੇ ਤੇ ਉਹਨਾਂ ਕੋਲ ਕੁਝ ਚਾਰਜ ਨਹੀਂ ਲਿਆ? ਨਹੀਂ, ਉਹਨਾਂ ਦਾ ਬੈੱਡ ਚਾਰਜ ਨਹੀਂ ਲੈ ਜਾਂਦੇ, ਜਿਹੜਾ ਕਿ 2 ਤੋਂ 3 ਲੱਖ ਰੁਪਇਆ ਹਰ ਮਹੀਨੇ ਉਹ ਗਰੀਬ ਲੋਕਾਂ ਨੂੰ ਰਾਹਤ ਮਿਲਦੀ ਆ, ਔਰ ਮੈਡੀਸਨ ਮਹਿੰਗੀ ਆ ਬੜੀ, ਮੈਡੀਸਨ ਦੇ ਵਿੱਚੋਂ ਅਸੀਂ 10% ਗਰੀਬਾਂ ਨੂੰ ਲੈਸ ਕਰਦੇ ਹਾਂ, ਮੈਡੀਸਨ ਦੇ ਵਿੱਚੋਂ ਲੈਸ ਕਰਦੇ ਹਾਂ, ਔਰ ਜਿਹੜੀ ਗੱਲ ਤੁਸੀਂ ਦੁਨੀਆ 'ਚ ਕਿਤੇ ਵੀ ਨਹੀਂ ਦੇਖੀ ਹੋਊਗੀ, ਸਾਡੇ ਪੇਸ਼ੈਂਟ ਵਾਸਤੇ ਔਰ ਜਿਹੜੇ ਸਾਡੇ ਅਟੈਂਡੈਂਟਸ ਹੈਗੇ ਆ ਉਹਨਾਂ ਲਈ ਖਾਣਾ 24 ਘੰਟੇ ਫਰੀ, ਦੁੱਧ ਚਾਹ ਔਰ ਖਾਣਾ 24 ਘੰਟੇ ਫਰੀ ਦਿੱਤਾ ਜਾਂਦਾ। ਜਿਹੜੇ ਤੁਹਾਡੇ ਵਰਕਰ ਸਾਹਿਬਾਨ ਆ ਜਿਹੜੇ ਸੇਵਾ ਕਰਦੇ ਆ, ਸਾਰਿਆਂ ਵਾਸਤੇ ਤੁਹਾਡਾ ਲੰਗਰ ਪਾਣੀ ਫਰੀ ਚੱਲਦਾ? ਹਾਂਜੀ, ਵਰਕਰ ਵਾਸਤੇ ਵੀ, ਜਿਹੜੇ ਜਿਹੜੇ ਪੇਸ਼ੈਂਟ ਆਉਂਦੇ ਆ ਔਰ ਅਟੈਂਡੈਂਟ ਆਉਂਦੇ ਉਹਨਾਂ ਵਾਸਤੇ ਵੀ ਫਰੀ ਆ, ਹਾਂਜੀ ਲੰਗਰ ਫਰੀ ਹੈ। ਹਾਂਜੀ, ਇਸ ਟਾਈਮ 'ਤੇ ਦੀਦਾਰ ਸਿੰਘ ਜੀ ਤੁਹਾਡੇ ਨਾਲ ਖੜੇ ਆ, ਇਹ ਜੋ ਅੱਜ ਦਾ ਉਪਰਾਲਾ ਭੰਡਾਲ ਬੇਟ ਪਿੰਡ ਦੇ ਨਿਵਾਸੀ ਆ, ਇਸ ਟਾਈਮ UK ਦੀ ਧਰਤੀ ਤੋਂ ਸਪੈਸ਼ਲ ਆਪ ਪਹੁੰਚੇ ਹੋ ਗਿਆ, ਵੀਰ ਬਲਰਾਜ ਸਿੰਘ ਜਿਹੜੇ ਦਾਨ ਚੈਰਿਟੀ ਵੱਲੋਂ ਆਪ ਪਹੁੰਚੇ ਹੈਗੇ ਆ, ਪੂਰੀ ਟੀਮ ਦਾਨ ਚੈਰਿਟੀ ਦੀ ਪਹੁੰਚੀ ਗਾ, ਕੀ ਕਹੋਗੇ ਉਪਰਾਲਾ ਬਲਰਾਜ ਸਿੰਘ ਜੀ ਵੱਲੋਂ ਕੀਤਾ ਗਿਆ ਅਤੇ ਦੀਦਾਰ ਸਿੰਘ ਜੀ ਵੱਲੋਂ ਪੂਰਾ ਪਿੰਡ ਦੇ ਵਿੱਚ ਐਡਾ ਵੱਡਾ ਉਪਰਾਲਾ ਕਰਨ ਲਈ, ਕੀ ਕਹੋਗੇ ਨਾ ਵੀਰਾਂ ਬਾਰੇ? ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹਨਾਂ ਦਾ, ਬੜੀ ਮਿਹਨਤ ਹੈ ਔਰ ਪੈਸੇ ਵਾਲਾ ਕਦਮ ਹੈਗਾ, ਖਰਚਣ ਵਾਲਾ ਹੈਗਾ, ਔਰ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਆਲੇ ਦੁਆਲੇ ਦੇ ਪਿੰਡਾਂ ਤੋਂ, ਇਸ ਪਿੰਡ ਤੋਂ ਸਕੂਲਾਂ ਦੇ ਬੱਚਿਆਂ ਦੀ ਚੈੱਕਅਪ ਕਰਾਈ ਆ ਔਰ ਗਰੀਬ ਲੋਕਾਂ ਦੀ ਚੈੱਕਅਪ ਕਰਾਈ ਆ ਔਰ ਉਹਨਾਂ ਨੂੰ ਮੈਡੀਸਨ ਦਵਾਈ ਆ, ਮੈਂ ਸਮਝਦਾ ਕਿ ਬਹੁਤ ਹੀ ਇਹਨਾਂ ਦਾ ਸ਼ਲਾਘਾਯੋਗ ਉਪਰਾਲਾ ਹੈ। ਜਿਹੜਾ ਦਸਵੰਧ ਕੱਢਦੇ ਹਾਂ ਆਪਾਂ, ਕਿਉਂਕਿ UK ਦੀ ਧਰਤੀ, UK ਅਤੇ ਯੂਰਪ ਦੇ ਵਿੱਚ ਸੰਗਤਾਂ ਇਹਨਾਂ ਚੈਰਿਟੀਆਂ ਨਾਲ ਜੁੜੀਆਂ ਹੋਈਆਂ, ਜਿਹੜੀ ਦਾਨ ਚੈਰਿਟੀ ਉਹਨਾਂ ਚੈਰਿਟੀਆਂ ਦੇ ਵਿੱਚ ਆ, ਅਤੇ ਦਾਨ ਚੈਰਿਟੀ ਨੂੰ UK ਅਤੇ ਯੂਰਪ ਦੀਆਂ ਸੰਗਤਾਂ ਸੇਵਾ ਦਿੰਦੀਆਂ, ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਸਹੀ ਜਗ੍ਹਾ 'ਤੇ ਲੱਗ ਰਿਹਾ ਹੈ? ਹਾਂਜੀ, ਬਿਲਕੁਲ ਸਹੀ ਜਗ੍ਹਾ, ਔਰ ਸਾਡੇ ਤਾਂ ਜਿੰਨਾ ਵੀ ਉੱਥੇ ਸਾਡੇ ਟਰੱਸਟ ਦੇ ਵਿੱਚ ਜੋ ਕੁਛ ਵੀ ਬਣਿਆ, ਇਹ NRI ਵੀਰਾਂ ਦਾ ਕੰਟਰੀਬਿਊਸ਼ਨ ਹੈ। ਇੰਗਲੈਂਡ, ਕਨੇਡਾ, ਅਮੈਰੀਕਾ, ਕਰੋੜਾਂ ਰੁਪਇਆ ਇਹਨਾਂ ਲੋਕਾਂ ਨੇ ਸਾਨੂੰ ਭੇਜਿਆ, ਤਾਂ
ਹੁਣ ਇਸ ਵੇਲੇ ਬਹੁਤ ਵੱਡਾ ਟਰੱਸਟ ਹੈ। ਸਾਡੇ ਕੋਲ 500 ਆਦਮੀ ਇੰਪਲਾਈ ਹੈ, ਕੰਮ ਕਰਦੇ ਆ, ਔਰ ਸਾਡੀ 65 ਲੱਖ ਰੁਪਏ ਹਰ ਮਹੀਨੇ ਦੀਆਂ ਤਨਖਾਹਾਂ ਵੇਜਸ ਜਾਂਦੀਆਂ। ਸੋ ਇਹ ਇਹਨਾਂ NRI ਵੀਰਾਂ ਦੀ ਦੇਣ ਹੈ। ਬਹੁਤ ਵਧੀਆ ਉਪਰਾਲੇ ਹੁੰਦੇ NRI ਵੀਰਾਂ ਦੇ, ਪਰ ਉਹ ਸਹੀ ਜਗ੍ਹਾ 'ਤੇ ਲੱਗਣ, ਇਹ ਉਪਰਾਲਾ ਹਰ ਕੋਈ ਸੰਸਥਾ ਚਾਹੁੰਦੀ ਹੈ ਕਿ ਇਹੋ ਜਿਹੇ ਉਪਰਾਲੇ ਕੀਤੇ ਜਾਣ, ਜਿਵੇਂ ਕਿ ਦਾਨ ਚੈਰਿਟੀ ਨੇ ਅੱਜ ਭੰਡਾਲ ਬੇਟ ਵਿੱਚ ਕੀਤਾ ਗਿਆ। ਵੀ ਦਦਾਲ ਸਿੰਘ ਨਾਲ ਗੱਲਬਾਤ ਕਰਦੇ, ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ? ਮੈਂ ਤਾਂ ਜੋ ਪ੍ਰਧਾਨ ਸਾਹਿਬ ਨੇ ਕਿਹਾ ਇਹਨਾਂ ਦਾ ਬਹੁਤ ਹੀ ਧੰਨਵਾਦ ਆ। ਜਦੋਂ ਪਹਿਲੀ ਇਹਨਾਂ ਟਹਾਂਕਰੇ ਵਾਲੇ ਪ੍ਰਧਾਨ ਸਾਹਿਬ ਗਏ ਇੰਗਲੈਂਡ ਦੇ ਵਿੱਚ, ਅਸੀਂ ਸਾਰੇ ਸ਼ਹਿਰਾਂ ਵਿੱਚ ਲੈ ਕੇ ਹਰ ਜਿਹਦੇ ਵੀ ਘਰ ਗਏ ਉਹਨੇ 50 ਪੌਂਡ ਦਿੱਤੇ, ਔਰ ਲੱਖਾਂ ਪੌਂਡਾਂ ਦੇ ਹਿਸਾਬ ਨਾਲ ਇਕੱਠੇ ਕਰਕੇ ਲੈ ਦਾ ਹਸਪਤਾਲ ਸ਼ੁਰੂ ਹੋਇਆ। ਦੱਸ ਰਹੇ ਅੱਜ ਕੀ ਜਿਹੜਾ ਤੁਹਾਡੇ ਵੱਲੋਂ ਦਾਨ ਪੁੰਨ ਦਿੱਤਾ ਗਿਆ ਇਸ ਟਾਈਮ ਸੰਗਤ ਦੇ ਸਾਹਮਣੇ ਲਾ ਦਿੱਤਾ ਗਿਆ, ਉੱਥੇ 500 'ਤੇ ਡਿਊਟੀ ਕਰ ਰਿਹਾ ਜਿਹੜਾ ਡਾਕਟਰ ਸਾਹਿਬਾਨ, ਦੂਜੇ ਨਰਸ ਵਗੈਰਾ, ਅਤੇ ਬਾਕੀ ਉਹਨਾਂ ਕਿਹਾ ਕਿ ਜਿਹੜੇ ਤੁਹਾਡੇ ਵੱਲੋਂ ਸੇਵਾ ਦਿੱਤੀ ਗਈ ਆ ਬਿਲਕੁਲ ਸਹੀ ਜਗ੍ਹਾ 'ਤੇ ਲੱਗੀ ਆ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਬਹੁਤ ਹੀ ਇਹਨਾਂ ਦਾ ਧੰਨਵਾਦ ਅੱਗੇ ਵੀ ਪੁੱਛ ਕੇ ਹਟਿਆ, ਜੋ ਜਿਹਨੀ ਇਹਨਾਂ ਸੇਵਾ ਕੀਤੀ ਉਹ ਸਹੀ ਥਾਂ ਲੱਗੇ। ਜੇ ਇਸੇ ਤਰ੍ਹਾਂ ਸਾਰੇ ਪਿੰਡਾਂ 'ਚ ਲੱਗਣ ਲੱਗ ਪਿਆ ਤਾਂ ਹੋ ਸਕਦਾ ਬਹੁਤ ਹੀ ਕੁਛ ਹੋ ਜਾਏ, ਪਰ ਜਿਹੜੀ ਕਿ ਲੱਗ ਨਹੀਂ ਰਹੀ, ਵਿੱਚੋਂ ਹੇਰਾਫੇਰੀ ਹੋਣ ਲੱਗ ਪਈ ਆ। ਢਾਹਾਂ ਸਾਹਿਬ, ਪ੍ਰਧਾਨ ਸਾਹਿਬ ਦਾ ਮੈਂ ਸੁਣ ਦਾ ਬਹੁਤ ਹੀ ਬਹੁਤ ਧੰਨਵਾਦ ਅੱਜ ਨਹੀਂ, ਪਰ ਜੋ ਉਹਨਾਂ ਨੇ ਘਰ ਘਰ ਜਾ ਕੇ ਮੰਗਤੇ ਵਾਂਗੂ ਕਿੱਥੇ ਬਰੀਆਂ ਕਿੱਥੇ ਗਲਾਸ ਕੋਈ ਪਹੁੰਚਦੇ ਰਹੇ, ਕਿਸੇ ਨੇ ਉਦੋਂ ਲੜਨਾ ਜੀ ਇਹਨਾਂ ਖਾ ਜਾਣੇ ਪੈਸੇ, ਪਰ ਹੁਣ ਲੋਕ ਆ ਕੇ ਦੇਖਦੇ ਵੀ ਇਹ ਕਿਹੜੀ ਚੀਜ਼ ਬਣ ਗਈ, ਔਰ ਉਹਨਾਂ ਦਾ ਆਸਰਾ ਕੰਮ ਸਾਡੇ ਵਰਗੇ ਪਿੰਡਾਂ ਵਿੱਚ ਵੀ ਸ਼ੁਰੂ ਹੋ ਜੂਗਾ, ਜੋ ਕਿ ਵਾਹਿਗੁਰੂ ਕਰੇ। ਮੈਂ ਸਾਰਿਆਂ ਨੂੰ ਕਹਿੰਦਾ ਕੋਈ ਮੋਹਰੇ ਹੋ ਕੇ ਚੰਗਾ ਇਹੋ ਜਿਹਾ ਕੰਮ ਜ਼ਿੰਦਗੀ 'ਚ ਕਰ ਲਓ, ਅਸੀਂ ਜਿੰਨੀ ਯੋਗ ਹੈਗੇ ਪੈਸੇ ਦੇ ਸਕਦੇ ਹਾਂ, ਆ ਕੇ ਇੱਥੇ ਕੰਮ ਨਹੀਂ ਕਰ ਸਕਦੇ। ਬਿਲਕੁਲ ਸਹਿਯੋਗ, ਜਿਵੇਂ ਕਿ ਅੱਜ ਵੀ ਤੁਸੀਂ ਇੱਕ ਸਹਿਯੋਗ ਦਿੱਤਾ, ਦਾਨ ਚੈਰਿਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਅਤੇ ਤੁਹਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ, ਕੀ ਕਹਿਣਾ ਚਾਹੋਗੇ ਵੀਰ ਜੀ, ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਉਪਰਾਲਾ? ਸਾਨੂੰ ਬਹੁਤ ਵਧੀਆ ਉਪਰਾਲਾ ਲੱਗਾ ਜੀ, ਇਹਨਾਂ ਨੇ ਬੜੀ ਮਿਹਨਤ ਨਾਲ, ਅਠਵਾਲ ਸਾਹਿਬ ਨੇ ਪਹਿਲਾਂ ਸਾਡੇ ਨਾਲ ਅਪਰੋਚ ਕੀਤਾ, ਫਿਰ ਇੱਧਰ ਸਾਡਾ ਸਹਿਯੋਗ ਮੰਗਿਆ, ਅਸੀਂ ਵੀ ਇੱਧਰ ਆਏ, ਬੜੇ ਖੁਸ਼ ਹਾਂ ਇੱਧਰ ਆ ਕੇ। ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ। ਜੋ ਦਾਨ ਚੈਰਿਟੀ ਕਰ ਰਹੀ ਹੈ ਤੁਹਾਡੇ ਹਿਸਾਬ ਨਾਲ ਸਹੀ ਜਗ੍ਹਾ 'ਤੇ ਪੈਸਾ ਲੱਗ ਰਿਹਾ, ਜੋ ਦਾਨ ਮਿਲ ਰਿਹਾ, ਜੋ ਇਹਨਾਂ ਵੱਲੋਂ ਦਾਨ ਉਪਰਾਲਾ ਕੀਤਾ ਜਾਂਦਾ ਉਹ ਬਹੁਤ ਵਧੀਆ ਜਗ੍ਹਾ 'ਤੇ ਲੱਗ ਰਿਹਾ। ਕੀ ਸ਼ੁਭ ਨਾਮ ਵੀਰ ਜੀ ਆਪਣਾ ਜੀ? ਸਵਰਨ ਸਿੰਘ ਪੱਡਾ। ਸਵਰਨ ਸਿੰਘ ਜੀ ਕਿਹੜਾ ਪਿੰਡ ਆਪਣਾ ਜੀ? ਪੱਡੇ ਬੇਟ। ਕਿਵੇਂ ਲੱਗਾ ਤੁਹਾਨੂੰ? ਥੋੜ੍ਹਾ ਅੱਗੇ ਆ ਜਾਓ ਜੀ। ਬਹੁਤ ਵਧੀਆ ਲੱਗਾ ਉਪਰਾਲਾ ਇਹਨਾਂ ਨੇ, ਦੀਦਾਰ ਸਿੰਘ ਹੋਣਾ ਨੇ ਅਤੇ ਭਰਾਈ ਹੋਣਾ ਸਾਰਿਆਂ ਕੰਮ ਕੀਤਾ ਵਾ, ਇਹਦੇ ਨਾਲ ਦੇ ਕੰਮ ਹਰੇਕ ਪਿੰਡਾਂ ਵਿੱਚ ਹੋਣੇ ਚਾਹੀਦੇ ਆ, ਅਤੇ ਬਹੁਤ ਵਧੀਆ ਕਦਮ ਆਏ ਉਹ, ਦਸਵੰਦ ਜ਼ਰੂਰ ਕੱਢਣਾ ਚਾਹੀਦਾ, ਜਿੰਨਾ ਵੀ ਕਿਸੇ ਕੋਲ ਕੱਢ ਹੁੰਦਾ ਉਹ ਕੱਢੇ ਗਰੀਬਾਂ ਵਾਸਤੇ ਜਾਂ ਲੋੜਵੰਦ। ਸਹੀ ਜਗ੍ਹਾ 'ਤੇ ਲੱਗੇ ਅਤੇ ਇਹ ਵੀ ਬਹੁਤ ਵਧੀਆ ਗੱਲ ਹੈਗੀ ਕਿ ਸਹੀ ਜਗ੍ਹਾ 'ਤੇ ਲੱਗਣਾ, ਸਹੀ ਜਗ੍ਹਾ 'ਤੇ ਹੀ ਚਾਹੀਦਾ ਵਾ, ਅਤੇ ਉੱਦਾਂ ਤਾਂ ਪਾਰਟੀਆਂ ਬਾਜ਼ੀਆਂ ਤਾਂ ਚਲੋ ਪਿੰਡਾਂ 'ਚ ਹੁੰਦੀਆਂ ਹੀ ਆ, ਉਹ ਕੋਈ ਗੱਲ ਨਹੀਂ, ਅਤੇ ਪਰ ਸਾਂਝੇ ਥਾਂ 'ਤੇ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ। ਲਾਸਟ ਆਪਾਂ ਪ੍ਰਧਾਨ ਸਾਹਿਬ ਵੱਲ ਫਿਰ ਦੁਬਾਰਾ ਆਉਂਦੇ ਹਾਂ। ਅਕਾਲ ਚੈਨਲ ਜ਼ਰੀਏ ਤੁਹਾਨੂੰ ਲੱਖਾਂ ਸੰਗਤ ਤੁਹਾਨੂੰ ਦੇਖ ਰਹੀ ਆ, ਪੂਰਾ ਯੂਕ ਅਤੇ ਯੂਰਪ ਦੇ ਵਿੱਚ ਦੇਖਿਆ ਜਾਂਦਾ ਅਕਾਲ ਚੈਨਲ ਆ, ਪਿਆਰ ਕਰਦੀ ਆ, ਅਤੇ ਪੂਰੇ ਵਰਲਡ 'ਤੇ ਇੰਟਰਨੈਟ ਜ਼ਰੀਏ ਤੁਹਾਨੂੰ ਦੇਖਿਆ ਜਾ ਰਿਹਾ ਇਸ ਟਾਈਮ 'ਤੇ। ਕੀ ਕਹੋਗੇ ਸੰਗਤ ਨੂੰ ਇਹ ਦਾਨ ਚੈਰਿਟੀ ਵੱਲੋਂ ਜੋ ਉਪਰਾਲੇ, ਵੀਰ ਦੀਦਾਰ ਸਿੰਘ ਜੀ ਵੱਲੋਂ ਜਿਹੇ ਉਪਰਾਲੇ ਕੀਤੇ ਗਏ ਆ, ਹੋਰ NRI ਵੀਰਾਂ ਨੂੰ ਕੀ ਕਹੋਗੇ ਤੁਸੀਂ? ਮੇਰੀ NRI ਵੀਰਾਂ ਨੂੰ ਇਹੀ ਅਪੀਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਰੂਰਤ ਹੈ, ਬਹੁਤ ਲੋਕ ਲੋੜਵੰਦ ਹੈ, ਜਿਹੜੇ ਪੂਰਾ ਜਿੰਨੀਆਂ ਵੀ ਗੌਰਮੈਂਟ ਬਣੀਆਂ ਹਿੰਦੁਸਤਾਨ, ਚਾਹੇ ਸੈਂਟਰ ਚਾਹੇ ਪੰਜਾਬ ਗੌਰਮੈਂਟ, ਇਹ ਹੈਲਥ ਕੇਅਰ ਔਰ ਐਜੂਕੇਸ਼ਨ ਪੂਰੀ ਤਰ੍ਹਾਂ ਖਰੀਆਂ ਨਹੀਂ ਦੇ ਸਕੀਆਂ ਔਰ ਨਾਕਾਮ ਰਹੀਆਂ, ਔਰ ਜੇਕਰ ਪਬਲਿਕ ਪ੍ਰਾਈਵੇਟ ਅਦਾਰੇ ਨਾ ਹੋਂਦ ਵਿੱਚ ਆਉਂਦੇ, ਜਿਸ ਤਰ੍ਹਾਂ ਸਾਡਾ ਅਦਾਰਾ ਹੋਂਦ ਵਿੱਚ ਆਇਆ, ਮੈਂ ਸਮਝਦਾ ਪਤਾ ਨਹੀਂ ਅੱਧਾ ਹਿੰਦੁਸਤਾਨ ਅਨਪੜ੍ਹ ਹੀ ਰਹਿ ਜਾਂਦਾ। ਸੋ ਇਹ NRI ਵੀਰਾਂ ਦੀ ਦੇਣ ਹੈ, ਇਹਨਾਂ ਨੇ ਚੈਰਿਟੀ ਨੂੰ ਬਹੁਤ ਮਦਦ ਕੀਤੀ ਆ, ਜਿਹੜੀ ਵੀ ਇੱਥੇ ਅਦਾਰੇ ਚੱਲਦੇ ਆ ਉਹਨਾਂ ਦੀ ਬੜੀ ਮਦਦ ਕੀਤੀ ਆ, ਔਰ ਲੋਕਾਂ ਨੂੰ ਇਹਨਾਂ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ। ਤੁਹਾਡੇ ਕਹਿਣ ਦਾ ਮਤਲਬ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਸਾਡੇ NRI ਵੀਰ ਕਰ ਰਹੇ ਆ? ਬਿਲਕੁਲ ਬਿਲਕੁਲ ਸਹੀ ਹੈ। ਬਿਲਕੁਲ ਜੀ, ਇੱਕ ਮੈਸੇਜ ਛੱਡ ਗਿਆ ਵੀਰ ਜੀ ਕਿ ਜਿਹੜਾ ਕੰਮ ਸਾਡੀਆਂ ਭਾਰਤ ਸਰਕਾਰਾਂ, ਸਾਡੀਆਂ ਪੰਜਾਬ ਸਰਕਾਰਾਂ ਨੂੰ ਕਰਨਾ ਚਾਹੀਦਾ ਜੀ, ਉਹ NRI ਵੀਰ ਕਰ ਰਹੇ ਆ। ਵੱਡੇ ਵੱਡੇ ਹੌਸਪੀਟਲ ਬਣਾ ਕੇ ਪੰਜਾਬ ਨੂੰ ਦੇ ਦਿੱਤੇ ਆ। ਪ੍ਰਧਾਨ ਸਾਹਿਬ ਦੱਸ ਚੁੱਕੇ ਕਿ ਇਸ ਟਾਈਮ 'ਤੇ ਜਿਹੜੀ ਇਹ ਸੰਸਥਾ ਬਣਾਈ ਹੈਗੀ ਆ, ਇਸ ਸੰਸਥਾ ਦੇ ਵਿੱਚ NRI ਵੀਰਾਂ ਦਾ ਬਹੁਤ ਵੱਡਾ ਉਪਰਾਲਾ। ਪਰ ਗੱਲ ਉੱਥੇ ਆਉਂਦੀ ਆ ਕਿ ਜਿਹੜਾ ਦਸਵੰਦ ਕੱਢਿਆ ਜਾਂਦਾ ਉਹ ਸਹੀ ਜਗ੍ਹਾ 'ਤੇ ਲੱਗੇ, ਜੋ NRI ਵੀਰਾਂ ਵੱਲੋਂ ਦਿੱਤਾ ਗਿਆ ਦਸਵੰਦ ਆ ਉਹ ਸਹੀ ਜਗ੍ਹਾ 'ਤੇ ਲੱਗੇ। ਬਹੁਤ ਵਧੀਆ ਉਪਰਾਲਾ ਹੈਗਾ ਦਾਨ ਚੈਰਿਟੀ ਦਾ, ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਕਾਲ ਚੈਨਲ ਵਾਸਤੇ, ਟਾਈਮ ਦੇਣ ਵਾਸਤੇ। ਫਤਿਹ ਸਾਂਝ ਪਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਨ ਚੈਰਿਟੀ ਵੱਲੋਂ ਕੀਤਾ ਗਿਆ ਉਪਰਾਲਾ, ਭੰਡਾਲ ਬੇਟ ਦੇ ਸਕੂਲ ਵਿੱਚ ਖੜ੍ਹੇ ਹਾਂ ਇਸ ਟਾਈਮ, ਸਕੂਲ ਦਾ ਸਟਾਫ ਸਾਡੇ ਨਾਲ ਜੁੜ ਚੁੱਕਾ, ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਜੋ ਉਪਰਾਲਾ ਚੈਰਿਟੀ ਵੱਲੋਂ
ਤੇ ਇਹਨਾਂ ਵੱਲੋਂ ਜਿਹੜਾ ਸਹਿਯੋਗ ਦਿੱਤਾ ਗਿਆ ਕਿਹੜੀ ਕਿਹੜੀਆਂ ਸੇਵਾਵਾਂ ਨਿਭਾ ਰਹੇ ਆ ਵੀਰ ਜੀ ਕੀ ਸ਼ੁਭ ਨਾਮ ਤੁਹਾਡਾ ਜੀ ਮੇਰਾ ਬਿੰਦਰ ਸਿੰਘ ਜੀ ਬਿੰਦਰ ਸਿੰਘ ਜੀ ਜਿਹੜਾ ਦਾਨ ਚੈਟੀ ਵੱਲੋਂ 3 ਦਿਨ ਤੋਂ ਤੁਹਾਡੇ ਸਕੂਲ ਦੇ ਵਿੱਚ ਕੈਂਪ ਲੱਗਾ ਹੈਗਾ ਤੁਸੀਂ ਵੀ ਸੇਵਾਵਾਂ ਕਰ ਰਹੇ ਕਿਵੇਂ ਦਾ ਲੱਗਾ ਕੈਂਪ ਦਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਹਨਾਂ ਦਾ ਸਹਿਯੋਗ ਇਹਨਾਂ ਵੱਲੋਂ ਸੇਵਾਵਾਂ ਜਿਵੇਂ ਕਿ ਬਾਣੀ ਦਾ ਵੀ ਫਰਮਾਨ ਆ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਉਹਦੇ ਅਨੁਸਾਰ ਸਤਿਗੁਰ ਦੀ ਸੇਵਾ ਅਸੀਂ ਬਹੁਤ ਮਨੋ ਤਨੋ ਇਸ ਸਮਾਜ ਦੇ ਵਿੱਚ ਕੀਤੀ ਜਾਂਦੀ ਆ ਪਰ ਉਹਦੇ ਨਾਲ ਮਾਨਵਤਾ ਦੀ ਸੇਵਾ ਜਿਹੜੀ ਆ ਉਹਨੂੰ ਵੀ ਇਸ ਸਮਾਜ ਦੇ ਵਿੱਚ ਬਹੁਤ ਉੱਤਮ ਮੰਨਿਆ ਗਿਆ ਅਤੇ ਬਹੁਤ ਵਧੀਆ ਗੱਲ ਮੰਨੀ ਗਈ ਆ ਸੋ ਇਹ ਜੋ ਮਾਨਵਤਾ ਦੀ ਸੇਵਾ ਇਹਨਾਂ ਦੁਆਰਾ ਕੀਤੀ ਜਾ ਰਹੀ ਆ ਸਾਡੇ ਦੁਆਰਾ ਜੋ ਅਸੀਂ ਜਿੰਨਾ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਸੀਗੇ ਸਾਰਾ ਸਟਾਫ ਸਾਰੇ ਸਾਡੇ ਬੱਚੇ ਸਾਰਾ ਸਾਡਾ ਜਿਹੜਾ ਦਰਜਾ 4 ਸਟਾਫ ਆ ਉਹਨਾਂ ਵੱਲੋਂ ਬਹੁਤ ਜ਼ਿਆਦਾ ਯੋਗਦਾਨ ਮੈਂ ਉਹਨਾਂ ਦੀ ਵੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਸਾਡਾ ਇਸ ਪ੍ਰੋਗਰਾਮ ਨੂੰ ਕਾਮਯਾਬ ਅਤੇ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਿੱਚ ਬਹੁਤ ਜ਼ਿਆਦਾ ਸਾਥ ਦਿੱਤਾ ਜੋ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਦਾਨ ਚੈਰਿਟੀ ਵੱਲੋਂ ਸਾਡੇ ਕੋਲ ਇਹ ਪਿਛਲੇ ਸਾਲ ਆਏ ਸੀਗੇ ਸਾਡੇ ਕੋਲ ਇਹਨਾਂ ਨੇ ਇੱਕ ਪ੍ਰਪੋਜ਼ਲ ਰੱਖੀ ਕਿ ਅਸੀਂ ਇਹਨਾਂ ਦੇ ਕੋਲ ਇੱਥੇ ਸਕੂਲ ਦੇ ਵਿੱਚ ਬੱਚਿਆਂ ਦੀ ਭਲਾਈ ਦੇ ਲਈ ਲੋਕਾਂ ਦੀ ਭਲਾਈ ਦੇ ਲਈ ਇੱਕ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਹਾਂ ਜਿਹਨੂੰ ਅਸੀਂ ਬਹੁਤ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਇਹਨਾਂ ਨੇ ਸਾਡੇ ਕੋਲ ਇੱਥੇ ਚੱਲ ਕੇ ਆ ਕੇ ਪ੍ਰੋਗਰਾਮ ਨੂੰ ਇਹਨਾਂ ਨੂੰ ਕਰਵਾਇਆ ਇਸ ਪ੍ਰੋਗਰਾਮ ਦੇ ਵਿੱਚ ਇਹਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਿੱਚ ਅਸੀਂ ਇਸੇ ਪਿੰਡ ਦੇ ਨਿਵਾਸੀ ਸਰਦਾਰ ਦੀਦਾਰ ਸਿੰਘ ਜੀ ਭੰਡਾਲ ਉਹਨਾਂ ਨਾਲ ਤਾਲਮੇਲ ਕੀਤਾ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਖੁੱਲ੍ਹੇ ਦਿਲੋਂ ਦੋਨੋਂ ਹੱਥ ਖੋਲ੍ਹ ਕੇ ਸਾਨੂੰ ਬਹੁਤ ਜ਼ਿਆਦਾ ਮਦਦ ਕੀਤੀ ਮਾਇਆ ਦੇ ਰੂਪ ਦੇ ਵਿੱਚ ਜਿਸ ਦੁਆਰਾ ਇਹ ਪ੍ਰੋਗਰਾਮ ਜਿਹੜਾ ਬਹੁਤ ਸਫਲਤਾਪੂਰਵਕ ਜਿਹੜਾ ਨੇਪਰੇ ਚਾੜ੍ਹ ਸਕੇ ਹਾਂ ਅਸੀਂ ਸੋ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ ਅਤੇ ਸਭ ਤੋਂ ਵੱਧ ਧੰਨਵਾਦੀ ਹਾਂ ਸਰਦਾਰ ਬਲਰਾਜ ਸਿੰਘ ਜੀ ਅਟਵਾਲ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਜੀ ਅਤੇ ਉਹਨਾਂ ਦੀ ਬੇਟੀ ਡਾਕਟਰ ਸੁਖਬੀਰ ਕੌਰ ਜੀ ਦੇ ਜਿਨ੍ਹਾਂ ਨੇ 3 ਦਿਨ ਤੋਂ ਬਹੁਤ ਜ਼ਿਆਦਾ ਅਣਥੱਕ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਅਤੇ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਹੂਲਤ ਦੇ ਕੇ ਸਾਨੂੰ ਬਹੁਤ ਜ਼ਿਆਦਾ ਸੇਵਾ ਦਿੱਤੀ ਬਿਲਕੁਲ ਮਾਨਵਤਾ ਦੀ ਸੇਵਾ ਵਾਸਤੇ ਦਾਨ ਚੈਰਿਟੀ ਅੱਗੇ ਆਈ ਹੈ ਇਸ ਟਾਈਮ ਭੰਡਾਲ ਬੇਟ ਦੇ ਸਕੂਲ ਵਿੱਚ ਭਾਈ ਸਾਹਿਬ ਦੱਸ ਚੁੱਕੇ ਆ ਕਿ ਬੜੀ ਵਧੀਆ ਸੇਵਾ ਹੈਗੀ ਆ ਸਾਡੇ ਨਾਲ ਮੈਡਮ ਜੁੜ ਚੁੱਕੇ ਆ ਜਿਹੜੇ ਕਿ ਹੈੱਡ ਟੀਚਰ ਸਾਹਿਬਾਨ ਹੈਗੇ ਆ ਸਕੂਲ ਦੇ ਉਹਨਾਂ ਨੂੰ ਪੁੱਛਦੇ ਆ ਕਿ ਕਿਵੇਂ ਲੱਗਾ ਤੁਹਾਨੂੰ ਦਾਨ ਚੈਰਿਟੀ ਵੱਲੋਂ ਜੋ ਕਿ ਦਸਵੰਧ NREVA ਸੰਗਤਾਂ ਵੱਲੋਂ ਦਿੱਤਾ ਜਾਂਦਾ ਅਤੇ ਉਹ ਚੈਰਿਟੀਆਂ ਇੱਥੇ ਆਣ ਕੇ ਲਾਉਂਦੀਆਂ ਅੱਜ ਤੁਹਾਡੇ ਸਕੂਲ ਦੇ ਵਿੱਚ ਸੇਵਾ ਦਾ ਮੌਕਾ ਤੁਹਾਨੂੰ ਮਿਲਿਆ 3 ਦਿਨ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਕਿਵੇਂ ਦਾ ਲੱਗਾ ਤੁਹਾਨੂੰ ਦਾਨ ਚੈਰਿਟੀ ਦੇ ਜਿਹੜੇ ਮੈਂਬਰ ਨੇ ਸਰਦਾਰ ਬਲਰਾਜ ਸਿੰਘ ਜੀ ਮੈਡਮ ਬਲਵਿੰਦਰ ਜੀ ਅਤੇ ਉਹਨਾਂ ਦੀ ਬੇਟੀ ਉਹਨਾਂ ਵੱਲੋਂ ਅਣਥੱਕ ਮਿਹਨਤ ਕਰਕੇ ਇਹ ਪ੍ਰੋਗਰਾਮ ਅਰੀਖਿਆ ਗਿਆ ਸੀਗਾ ਮੈਂ ਪਿਛਲੇ ਸਾਲ ਹੀ ਇੱਥੇ ਹੈੱਡ ਦੇ ਤੌਰ 'ਤੇ ਜੁਆਇਨ ਕੀਤਾ ਅਤੇ ਜਦੋਂ ਇਹ ਆਏ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਲਈ ਇਹ ਸੇਵਾ ਕਰਨੀ ਆ ਕਿਉਂਕਿ ਬੱਚੇ ਅੱਜ ਕੱਲ੍ਹ ਦਾ ਜਿਹੜਾ ਮਾਹੌਲ ਆ ਉਹ ਨਸ਼ੇ ਵੱਲ ਜਾ ਰਿਹਾ ਔਰ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਰੋਕਣ ਲਈ ਇਹਨਾਂ ਨੇ ਆਪਣੀ ਸੁਸਾਇਟੀ ਦਾ ਨਾਮ ਡਰੱਗ ਅਡਿਕਸ਼ਨ ਅਲਕੋਹਲ ਅਵੇਅਰਨੈਸ ਨੈਟਵਰਕ ਜਿਹੜਾ ਆਰਗਨਾਈਜੇਸ਼ਨ ਬਣਾਈ ਆ ਉਹਦੇ ਤਹਿਤ ਇਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕੀਤਾ ਵੀ ਨਸ਼ਿਆਂ ਤੋਂ ਕੀ ਨੁਕਸਾਨ ਆ ਕੀ ਬਿਮਾਰੀਆਂ ਲੱਗਦੀਆਂ ਕੀ ਘਰ ਬਰਬਾਦ ਹੁੰਦੇ ਨੇ ਇਹਦੇ ਵਾਸਤੇ ਗਾਈਡ ਕੀਤਾ ਕਿ ਤੁਸੀਂ ਬੱਚਿਓ ਨਸ਼ਿਆਂ ਤੋਂ ਦੂਰ ਹੋ ਇਹ 3 ਦਿਨ ਮੈਂ ਇਹਨਾਂ ਦੀਆਂ ਕਲਾਸਾਂ ਵੀ ਅਟੈਂਡ ਕੀਤੀਆਂ ਮੈਨੂੰ ਬਹੁਤ ਵਧੀਆ ਲੱਗਾ ਕਿ ਸਾਡੀ ਪੀੜ੍ਹੀ ਵਾਸਤੇ ਇੰਨਾ ਯੂਸਫੁਲ ਕੰਮ ਕਰ ਰਹੇ ਆ ਔਰ ਸਾਡੀ ਪੀੜ੍ਹੀ ਜਿਹੜੀ ਇਹ ਬਚ ਜਾਊਗੀ ਅਗਲੀ ਪੀੜ੍ਹੀ ਆਉਣ ਵਾਲੀ ਆ ਜੋ ਇਹ ਪੀੜ੍ਹੀ ਸਿੱਖੇਗੀ ਉਹ ਅਗਲੀ ਪੀੜ੍ਹੀ ਨੂੰ ਵੀ ਸਿਖਾਏਗੀ ਇਸ ਤੋਂ ਇਲਾਵਾ ਇਹਨਾਂ ਦਾ ਪੈਰਾਮੈਡੀਕਲ ਕੈਂਪ ਉਹਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਆਈਆਂ ਉਹਨਾਂ ਨੇ ਬੱਚਿਆਂ ਦਾ ਮੈਡੀਕਲ ਟੈਸਟ ਪ੍ਰੋਪਰ ਕੀਤਾ ਆ ਪਿੰਡ ਦੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਔਰ ਅੱਜ ਵੀ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਹਜੂਮ ਆ ਜਿਹੜੇ ਅਜੇ ਵੀ ਭੁਗਤ ਰਹੇ ਨੇ ਮਤਲਬ ਅਜੇ ਉਹ ਮੈਡੀਕਲ ਚੈੱਕਅਪ ਕਰਾ ਰਹੇ ਆ ਔਰ ਮੈਨੂੰ ਉਮੀਦ ਆ ਕਿ ਪਿੰਡ ਦੇ ਲੋਕ ਜਿਹੜੇ ਆ ਇਹ ਫਾਇਦਾ ਲੈਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸਮਝਾ ਜਾਣਗੇ ਕਿ ਨਸ਼ਾ ਕਰਨਾ ਜਿਹੜੀ ਆ ਮਾੜੀ ਗੱਲ ਆ ਨਸ਼ਿਆਂ ਤੋਂ ਬਚੋ ਔਰ ਇਸ ਪ੍ਰੋਗਰਾਮ ਦੇ ਤਹਿਤ ਸਾਡੇ ਬਹੁਤ ਹੀ ਵੱਡੀ ਸ਼ਖਸੀਅਤ ਦੇ ਮਾਲਕ ਸਰਦਾਰ ਦੀਦਾਰ ਸਿੰਘ ਜੀ NRI ਉਹਨਾਂ ਨੇ ਖੁੱਲ੍ਹੇ ਦਿਲੇ ਦੇ ਨਾਲ ਪੈਸਿਆਂ ਵੱਲੋਂ ਵੀ ਮਦਦ ਕੀਤੀਆਂ ਖੁਦ ਆਪ ਵੀ ਸ਼ਾਮਿਲ ਹੁੰਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ ਤਾਂ ਕਿ ਕੋਈ ਵੀ ਬੱਚਾ ਜਾਂ ਜਵਾਨ ਜਾਂ ਕੋਈ ਮੇਰਾ ਵੀਰ ਇਹ ਮੈਡੀਕਲ ਚੈੱਕਅਪ ਤੋਂ ਬਗੈਰ ਰਹਿ ਨਾ ਜਾਵੇ ਸੋ ਇਹ ਜਿਹੜੀ ਚੈਰਿਟੀ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਵੀ ਕੀਤਾ ਔਰ ਬੱਚਿਆਂ ਨੇ ਜਵਾਨਾਂ ਨੇ ਮੇਰੀਆਂ ਬੀਬੀਆਂ ਭੈਣਾਂ ਨੇ ਸਭ ਨੇ ਫਾਇਦਾ ਲਿਆ ਹੈ ਔਰ ਮੈਂ ਚਾਹੂੰਗੀ ਕਿ ਫਿਰ ਇਹ ਅਗਲੇ ਸਾਲ ਵੀ ਸਾਡੇ ਸਕੂਲ ਹੀ ਕੈਂਪ ਅਰੇਂਜ ਕਰੋ ਦਿਦਾਰ ਸਿੰਘ ਪਹਿਲਾਂ ਕਹਿ ਚੁੱਕਿਆ ਕਿ ਨੈਕਸਟ ਟਾਈਮ ਵੀ ਸਾਡੇ ਸਕੂਲ ਵਿੱਚ ਪਹੁੰਚੋ ਵਧੀਆ ਉਪਰਾਲਾ ਹੈਗਾ ਇੱਕ ਇਹਨਾਂ ਦਾ ਵਿਲੱਖਣ ਤਰੀਕਾ ਹੈਗਾ ਦਾਨ ਚੈਰਿਟੀ ਦਾ ਕਿ ਉਹਨਾਂ ਬੱਚਿਆਂ ਨੂੰ ਦੱਸਿਆ ਜਾਂਦਾ ਜਿਵੇਂ ਕਿ ਹੋਰ ਵੀ ਸਕੂਲਾਂ ਤੋਂ ਬੱਚੇ ਇੱਥੇ ਆਏ ਹੈਗੇ ਆ
5-7 साल तो लैके जिन्नी भी उम्र तक के बच्चे तुहाडे स्कूल दे आ हर एक बच्चे नूं कोल जाके समझाया जांदा क्लासां अरेंज कीतियां हैगियां हर क्लास के 3 या 4 टीचर उन्हां नूं दसदे आ कि इहदे आपां ड्रग तों बचना वा इह किवें दा लगा तुहानूं उपराला बहुत ही वधिया लगा बच्चों कोलों टीचर साहबान के भगवान दास जी आए हुए ने कल मैं उन्हां दी क्लास विच गई तो मैंने उन्होंने दसिया कहते मैडम मैं एक बच्चे को पूछा कि बच्चे तुम्हें कोई नशे बारे पता तो बच्चा एक बोलिया हाँ जी एक भोला कहिंदे आ जी कहिंदे मैं बड़ा हैरान होया भी भोला की चीज़ आ भी कहिंदे वो 5 रुपए की पुड़ी मिलती है कहिंदे मैं बड़ा हैरान होया 5 रुपए की पुड़ी और बच्चा भी इस गल नूं जानदा और मैं बच्चे नूं समझाया बच्चे तुसीं इन्हां चीज़ां नूं जो तुहानूं तुसीं हुण गल कर रहे हो अपने घर जाके जरूर दस्यो भी इह पुड़ी लैके नहीं खाणी और जे तुसीं एक बार इह पुड़ी खा ली ते सदा लई इह तुहाडी जड़ां विच बैठ जाऊगी तुसीं बर्बादी दे वल जाओगे। उन्होंने बहुत ही वधिया ढंग दे नाल बच्चियां नूं कहानियां दे रूप विच बच्चियां नूं लैक्चर दे के जाणू कराया कि नशे तों दूर रहो जे अगर तुहाडे परिवार दे विच कोई पिता या भरा कोई नशा कर रहा तो तुसीं उन्हूं जरूर जाके साडा सुनेहा देना और निक्के निक्के बच्चे इन्ने खुश होए ना मतलब मैं तुहानूं दस नहीं सकती कि उन्हां दी खुशी किस तरह की सी कि सानूं इह निक्के निक्के बच्चियां नूं इह जाणू करवा रहे हैं। फिर फर्स्ट एड का कैंप लगा मैडम होना की बेटी सरदार बलार सिंह बेटी सुखबीर कौर और वो बच्चों बीपी वगैरह दस रही थी किस तरह चैक करना और बच्चे बड़े खुश और बहुत रौला पा रहे थे। मैं उत्थे भी गई क्लास मैं कहा मैडम भी इन्होंने बच्चों थोड़ा जहाँ तुम चुप कराओ कहते मैडम खुशी इन्ने ज़्यादा है कि इन्हों मॉडल दते हुए उन्होंने खिलार देंगे तुम जोड़ो उन्होंने अपने शरीर प्रति जानकारी दी अगर इनू कोई बीमारी लग जाती है तो प्रॉब्लम आऊगी उस बारे भी दसिया। सो ओवरऑल यह जिहड़ा साडे संस्था वालों एक कैंप लगाया गया बहुत ही यूजफुल रहा है। बिल्कुल जी एक बच्चे जिवें अपने आने लई पनीरी हैगी है जी पनीरी नूं सांभ लिया जाए तो बहुत वधिया गल हैगी आ। बरराज सिंह जी वालों जिहड़ा दान चैट उपराला किया जा रहा यो हैगा कि जिहड़ा नौजवान हैगी आ जां इत्थों थले जिहड़ी पनीरी आ साडी जिहड़ी कि 5 साल तो लैके 6 साल तो लैके 9वीं 10वीं क्लास तक के बच्चों नूं स्पैशल कैंप लगा हैगा हर एक क्लास वखो वखरी लाई हैगी आ वो क्लास के 3 तों 4 टीचर साहबान उन्हां नूं समझा रहे आ कि इहदा की माड़ा असर हुंदा साडे उत्ते। ਵਧੀਆ ਉਪਰਾਲਾ ਜਿਹੜਾ ਕਿ ਦੱਸਣ ਦਾ ਬਹੁਤ ਵਧੀਆ ਤਰੀਕਾ ਹੈਗਾ। ਹੋਰ ਵੀਰ ਜੀ ਸਾਡੇ ਨਾਲ ਜੁੜ ਚੁੱਕੇ ਆ ਕੀ ਕਹੋਗੇ ਵੀਰ ਜੀ ਤੁਸੀਂ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਧਾੜੀਵਾਲ ਦੋਨੇ ਤੋਂ ਮਾਟਰ ਜੀ ਉਹਨਾਂ ਨੇ ਇਨਵਾਈਟ ਕੀਤਾ ਸੀ ਦੇਖ ਕੇ ਬੜੀ ਖੁਸ਼ੀ ਹੋਈ ਆ ਕਿ ਇੱਦਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਜਿਹੜੇ ਕਿ ਨਸ਼ਿਆਂ ਤੋਂ ਨਿਆਣੇ ਬਚ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਸ਼ੁਭ ਨਾਮ ਵੀਰ ਜੀ ਆਪਣਾ ਜੀ? ਜੋਗਿੰਦਰ ਸਿੰਘ ਜੀ। ਜੋਗਿੰਦਰ ਸਿੰਘ ਜੀ ਤੁਸੀਂ ਇੱਥੇ ਕੀ ਸੇਵਾ ਕਰਦੇ ਹੋ? ਮੈਂ ਜੀ SLA ਦੀ ਸੇਵਾ ਨਿਭਾ ਰਿਹਾ ਜੀ ਪਿੰਡ ਸੁਰਖਪੁਰ ਮੇਰਾ ਅਤੇ ਦਦਾਰ ਸਿੰਘ ਭੰਡਾਲ ਹੁਣੀ ਪਹਿਲਾਂ ਤਾਂ ਇੱਥੇ ਭੰਡਾਲ ਵਿੱਚ ਬੜਾ ਵੱਡਾ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਰਹੇ ਹੈ। ਪਾਕਿਸਤਾਨ ਦੀ ਟੀਮ ਵੀ ਇਸ ਭੰਡਾਲਾਂ ਵਿੱਚ ਦਦਾਰ ਸਿੰਘ ਭੰਡਾਲ ਹੋਣਾ ਸੱਦੀ ਸੀ ਅਤੇ ਮੁੜ ਕੇ ਇਹੋ ਜਿਹੀਆਂ ਹੋ ਚੁੱਕਾ ਕਹਿ ਸਕਦੇ ਹਾਂ ਆਪਾਂ। ਹਾਂਜੀ ਹਾਂਜੀ ਅਸੀਂ ਵੀ ਖੇਡਦੇ ਰਹੇ ਉਦੋਂ ਜਦੋਂ ਸਾਦੇ ਹੁੰਦੇ ਸੀ ਅਤੇ ਪਰ ਹੁਣ ਉੱਧਰੋਂ ਹਟ ਕੇ ਇਹਨਾਂ ਨੇ ਮਾਨਵਤਾ ਦੀ ਸੇਵਾ ਜਿਹੜੀ ਗਰੀਬਾਂ ਦੀ ਸੇਵਾ ਕਰਨ ਦੀ ਜ਼ਿੰਮਾ ਲਿਆ ਜੀ ਅਤੇ ਬਹੁਤ ਹੀ ਵਧੀਆ ਲੱਗਾ ਜੀ। ਦਦਾਰ ਸਿੰਘ ਭੰਡਾਲ ਹੁਣੀ ਦੀ ਟੀਮ ਬਹੁਤ ਵਧੀਆ ਕੈਂਪ ਲੱਗਾ ਬੱਚਿਆਂ ਨੂੰ ਜਿਹੜੀ ਇਹਨਾਂ ਨੇ ਕੈਂਪ ਲਵਾ ਕੇ ਦਵਾਈਆਂ ਦਿੱਤੀਆਂ ਅਤੇ ਇੰਨਾ ਹੀ ਕਰਨਾ ਬਹੁਤ। ਬਿਲਕੁਲ ਜੀ ਇਸ ਤਰ੍ਹਾਂ ਸਟਾਫ ਸਕੂਲ ਦਾ ਸਟਾਫ ਅਤੇ ਮੈਡਮ ਜਿਹੜੇ ਕਿ ਹੈੱਡ ਟੀਚਰ ਹੈਗੇ ਆ ਬਹੁਤ ਵਧੀਆ ਉਪਰਾਲਾ ਸਾਰੇ ਵੀਰਾਂ ਵੱਲੋਂ ਦੱਸਿਆ ਗਿਆ ਕਿ ਦਾਨ ਚੈਰਿਟੀ ਵੱਲੋਂ ਉਪਰਾਲਾ ਕੀਤਾ ਹੋਇਆ ਬਹੁਤ ਵਧੀਆ ਉਪਰਾਲਾ ਹੈ। ਮੈਂ ਅਮਨਦੀਪ ਸਿੰਘ PTI ਸਰਕਾਰੀ ਹਾਈ ਸਕੂਲ ਭੰਡਾਲ ਬੇਟ। ਸਭ ਤੋਂ ਪਹਿਲਾਂ ਤਾਂ ਦਾਨ ਸੁਸਾਇਟੀ ਦਾਨ ਚੈਰਿਟੀ UK ਦਾ ਧੰਨਵਾਦ ਜਿਨ੍ਹਾਂ ਦੇ ਉਪਰਾਲੇ ਸਦਕਾ ਸਰਕਾਰੀ ਹਾਈ ਸਕੂਲ ਭੰਡਾਲ ਵਿੱਚ ਖੇਡ ਮੁਕਾਬਲੇ ਕਰਵਾਏ ਗਏ ਅਤੇ ਇਹ ਸੁਸਾਇਟੀ ਦੇ ਜੋ ਵੀ ਉਹਨਾਂ ਨੇ ਲਕਸ਼ ਉਲੀਕਿਆ ਸੀਗਾ ਉਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨੇਪਰੇ ਚਾੜ੍ਹਿਆ ਗਿਆ ਅਤੇ ਨਾਲ ਹੀ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇਖਦੇ ਹੋਏ ਉਹਨਾਂ ਨੂੰ ਸਮਾਨ ਮੁਹੱਈਆ ਕਰਾਇਆ ਗਿਆ ਅਤੇ ਉਹਨਾਂ ਦੇ ਮੈਡੀਕਲ ਕੈਂਪ ਜਿਹੜੇ ਆ ਉਹ ਲਗਾਏ ਗਏ ਅਤੇ ਗਰਾਊਂਡਾਂ ਦੇ ਵਿੱਚ ਵਾਲੀਬਾਲ ਬੈਡਮਿੰਟਨ ਖੋ ਖੋ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਤਾਂ ਜੋ ਕਿ ਨਸ਼ਿਆਂ ਤੋਂ ਮੁਕਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਚੰਗੇ ਸਿਹਤਮੰਦ ਰਹਿਣ ਲਈ ਉਹਨਾਂ ਨੂੰ ਚੰਗੀਆਂ ਗਾਈਡਲਾਈਨਸ ਜਿਹੜੀਆਂ ਉਹ ਦਿੱਤੀਆਂ ਗਈਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਅਮਿਤ ਸ਼ਰਮਾ ਗੁਰੂ ਨਾਨਕ ਮਿਸ਼ਨ ਹੋਸਪਿਟਲ ਢਾਹਾਂ ਕਲੇਰਾਂ 'ਤੇ ਆਈ ਸਪੈਸ਼ਲਿਸਟ ਹਾਂ ਜੀ। ਸਾਡਾ ਹੋਸਪਿਟਲ
ਪੰਜਾਬ ਸਰਕਾਰ ਤੋਂ ਮਾਨਿਆਤਾ ਪ੍ਰਾਪਤ 250 ਬੈੱਡ ਦਾ ਮਲਟੀ ਸਪੈਸ਼ਲਿਟੀ ਹੋਸਪਿਟਲ ਹੈ। ਅਸੀਂ ਪੰਜਾਬ ਦੇ ਵੱਖ ਵੱਖ ਏਰੀਆ 'ਚ ਕੈਂਪ ਲਾਉਂਦੇ ਰਹਿੰਦੇ ਹਾਂ। ਇਸੇ ਲੜੀ ਦੇ ਦੌਰਾਨ ਸਾਨੂੰ ਦਾਨ ਸੁਸਾਇਟੀ ਵੱਲੋਂ ਸੱਦਾ ਆਇਆ ਸੀ ਕਿ ਪਿੰਡ ਭੰਡਾਲ ਬੇਟ ਆ ਕੇ ਵੀ ਕੈਂਪ ਲਾਇਆ ਜਾਵੇ। ਇਸੇ ਦੌਰਾਨ ਅਸੀਂ ਕੈਂਪ ਲਾਇਆ ਜਿੱਥੇ ਕਿ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਗਿਆ ਸੀ ਦਾਨ ਸੁਸਾਇਟੀ ਵੱਲੋਂ। ਅਸੀਂ ਲਗਭਗ 1,500 ਪੇਸ਼ੈਂਟ ਦਾ ਚੈੱਕਅਪ ਕੀਤਾ, ਦਵਾਈਆਂ ਦਿੱਤੀਆਂ ਅਤੇ ਉਹਨਾਂ ਦਾ ਅੱਖਾਂ ਦਾ ਚੈੱਕਅਪ ਕੀਤਾ ਗਿਆ, ਜਿਸ 'ਚ ਸਪੈਕਟੇਕਲਸ ਵੀ ਦਿੱਤੀਆਂ ਗਈਆਂ। ਅਤੇ ਇਸੇ ਦੌਰਾਨ ਜੀ ਮੈਂ ਦਾਨ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਜੀ ਤਾਂ ਬਹੁਤ ਆਪਣੇ ਪ੍ਰਧਾਨ ਜੀ ਵੱਲੋਂ ਧੰਨਵਾਦੀ ਹਾਂ ਕਿ ਇਸੇ ਤਰ੍ਹਾਂ ਵੱਧ ਚੜ੍ਹ ਕੇ ਸੁਸਾਇਟੀ ਦੀ ਹੈਲਪ ਕਰਨ। ਜਿਹੜੇ ਇਹਨਾਂ ਦੇ UK ਵੀ ਮੈਂਬਰ ਹਨ ਉਹ ਵੀ ਇਸੇ ਦੌਰਾਨ ਹੈਲਪ ਕੀਤੀ ਕਰਨ ਸਾਡੀ ਵੀ ਅਤੇ ਇਹਨਾਂ ਦੀ ਵੀ, ਤਾਂ ਕਿ ਫਿਊਚਰ 'ਚ ਵੀ ਅਸੀਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਸੁਸਾਇਟੀ ਦੀ ਹੈਲਪ ਕਰ ਸਕੀਏ ਅਤੇ ਲੋਕਾਂ ਦਾ ਭਲਾ ਕੀਤਾ ਜਾ ਸਕੇ। ਸ਼ਰਾਬ ਦੀ ਨਸ਼ਿਆਂ ਦੀ।